ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਸ ਮੈਂ ਥੋੜ੍ਹੇ ਜਿਹੇ ਵੇਅਰਸ ਦੀ ਵੇਟ ਕਰ ਰਹੀ ਹਾਂ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਲਾਈਵ ਸਟਾਰਟ ਕਰਾਂਗੇ ਹੈਲੋ ਸਾਰਿਆਂ ਨੂੰ ਹੈਲੋ ਅਤੇ ਅਸੀਂ ਇਸ ਵੇਲੇ ਲਾਈਵ ਹਾਂ ਮਿਸਿਸ ਪੰਜਾਬ ਦੇ ਐਕਚੁਲੀ ਇੰਸਟਾਗ੍ਰਾਮ ਦਾ ਫੋਨ ਥੋੜ੍ਹਾ ਨੋਇਸ ਕ੍ਰੀਏਟ ਕਰ ਰਿਹਾ ਆਈ ਹੋਪ ਕਿ ਤੁਹਾਨੂੰ ਮੇਰੀ ਡਬਲ ਡਬਲ ਆਵਾਜ਼ ਨਹੀਂ ਸੁਣ ਰਹੀ ਹੋਏਗੀ ਮੈਨੂੰ ਇੱਕ ਵਾਰ ਮੈਸੇਜ ਵਿੱਚ ਦੱਸ ਦਿਓ ਕਿ ਮੇਰੀ ਕਿਸੇ ਨੂੰ ਡਬਲ ਆਵਾਜ਼ ਤਾਂ ਨਹੀਂ ਸੁਣਾਈ ਦੇ ਰਹੀ ਕਿਉਂਕਿ ਮੈਂ ਇੰਸਟਾਗ੍ਰਾਮ ਦੇ ਪੇਜ ਤੋਂ ਆਪਣੇ ਪੇਜ ਤੋਂ ਵੀ ਲਾਈਵ ਹਾਂ ਮਿਸਿਸ ਪੰਜਾਬ ਦੇ ਪੇਜ ਤੋਂ ਵੀ ਲਾਈਵ ਹਾਂ ਮਿਸਿਸ ਪੰਜਾਬ ਦੇ ਫੇਸਬੁੱਕ ਪੇਜ ਤੋਂ ਵੀ ਲਾਈਵ ਹਾਂ ਮੈਂ ਵਿਊਅਰਸ ਤੋਂ ਜਾਣਨਾ ਚਾਹਾਂਗੀ ਮੇਰੀ ਡਬਲ ਆਵਾਜ਼ ਤਾਂ ਸੁਣਾਈ ਨਹੀਂ ਦੇ ਰਹੀ Just wait for 5 minutes. ਬਸ ਅਸੀਂ ਜਲਦੀ ਸਟਾਰਟ ਕਰ ਰਹੇ ਹਾਂ ਆਈ ਥਿੰਕ ਹੁਣ ਡਬਲ ਆਵਾਜ਼ ਨਹੀਂ ਆ ਰਹੀ ਹੋਏਗੀ ਕਿਉਂਕਿ ਹੁਣ ਮੈਂ ਤਿੰਨੋਂ ਪੇਜਿਸ ਤੋਂ ਅਲੱਗ ਅਲੱਗ ਲਾਈਵ ਕਰ ਦਿੱਤੇ ਹੈ ਹੁਣ ਠੀਕ ਹੈ ਆਵਾਜ਼ ਓਕੇ ਚਲੋ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਲੋਕ ਮੈਨੂੰ ਜਾਣਦੇ ਨੇ ਉਹਨਾਂ ਨੂੰ ਮੇਰਾ ਨਾਮ ਪਤਾ ਹੈ ਬਟ ਜਿਹੜੇ ਨਹੀਂ ਜਾਣਦੇ ਹੋ ਸਕਦਾ ਕੁਝ ਲੋਕ ਮੈਨੂੰ ਪਹਿਲੀ ਵਾਰ ਸੁਣ ਰਹੇ ਆ ਉਹਨਾਂ ਦੇ ਲਈ ਮੈਂ ਆਪਣੀ ਇੰਟਰੋਡਕਸ਼ਨ ਦੇਵਾਂਗੀ ਮੇਰਾ ਨਾਮ ਮਿਸਿਸ ਸਮ੍ਰਿਤੀ ਓਬਰਾਏ ਹੈ ਔਰ ਮੈਂ ਮਿਸਿਸ ਪੰਜਾਬ ਦੀ 2017 ਦੀ ਵਿਨਰ ਰਹਿ ਚੁੱਕੀ ਹਾਂ ਅਤੇ ਅੱਜ ਮੈਂ ਮਿਸਿਸ ਪੰਜਾਬ ਦੀ ਬ੍ਰਾਂਡ ਅੰਬੈਸਡਰ ਵੀ ਹਾਂ ਔਰ ਇਹ ਬਹੁਤ ਵੱਡਾ ਇੱਕ ਮਾਣ ਵਾਲੀ ਗੱਲ ਔਰ ਇੱਕ ਬਹੁਤ ਵੱਡੀ ਇੱਕ ਰਿਸਪੋਂਸਿਬਿਲਿਟੀ ਹੈ ਮੇਰੇ ਲਈ ਕਿ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਪਰਮਿੰਦਰ ਸਰ ਦਾ ਅਤੇ ਹਰਪ੍ਰੀਤ ਮੈਮ ਦਾ ਕਿ ਉਹਨਾਂ ਨੇ ਮੈਨੂੰ ਇੰਨਾ ਵੱਡਾ ਮਾਣ ਬਖਸ਼ਿਆ ਕਿ ਮੈਨੂੰ ਮਿਸਿਸ ਪੰਜਾਬ ਦੀ ਕਿਤੇ ਮੇਰਾ ਵਿਨਰ ਬਣਨ ਦਾ ਇੱਕ ਸੁਪਨਾ ਸੀਗਾ ਅਤੇ ਕਿਤੇ ਮੈਨੂੰ ਅੱਜ ਮੈਂ ਮਿਸਿਸ ਪੰਜਾਬ ਦੀ ਬ੍ਰਾਂਡ ਅੰਬੈਸਡਰ ਹਾਂ ਮਤਲਬ ਕਿ ਕੁਛ ਅੱਜ ਮਿਸਿਸ ਪੰਜਾਬ ਦਾ ਨਾਮ ਆਉਂਦਾ ਸ਼ੋਅ ਦਾ ਨਾਮ ਆਉਂਦਾ ਤਾਂ ਮੇਰਾ ਨਾਮ ਵੀ ਨਾਲ ਆਉਂਦਾ ਤਾਂ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਮਿਲਦੀ ਹੈ ਅਤੇ ਕੁਝ ਲੋਕਾਂ ਨੂੰ ਇੱਦਾਂ ਲੱਗਦਾ ਕਿ ਮਿਸਿਸ ਪੰਜਾਬ ਸ਼ੋਅ ਮੇਰਾ ਹੀ ਸ਼ੋਅ ਹੈ ਅਤੇ ਇਹ ਸਭ ਕੁਛ ਬਦੌਲਤ ਕਿਹਦੀ ਹੈ ਕਿ ਇੱਕ ਪਰਮਾਤਮਾ ਦੀ ਮਿਹਰ ਹੈ ਮੇਰੀ ਫੈਮਿਲੀ ਦੀ ਸਪੋਰਟ ਹੈ ਔਰ ਪਰਮਿੰਦਰ ਸਰ ਅਤੇ ਹਰਪ੍ਰੀਤ ਮੈਮ ਦਾ ਮੇਰੇ 'ਤੇ ਜੋ ਵਿਸ਼ਵਾਸ ਹੈ ਕਿ ਉਹਨਾਂ ਨੂੰ ਲੱਗਦਾ ਸ਼ਾਇਦ ਮੈਂ ਮਿਸਿਸ ਪੰਜਾਬ ਦੇ ਲਈ ਕੁਛ ਵਧੀਆ ਕਰ ਪਾਵਾਂਗੀ ਅੱਗੇ ਆਉਣ ਵਾਲੇ ਫਿਊਚਰ 'ਚ ਜਾਂ ਸ਼ਾਇਦ ਥੋੜ੍ਹੀਆਂ ਕੁਛ ਚੀਜ਼ਾਂ ਮੈਂ ਚੰਗੀਆਂ ਕੀਤੀਆਂ ਜਿਸ ਕਰਕੇ ਉਹਨਾਂ ਨੂੰ ਲੱਗਿਆ ਕਿ ਮੈਨੂੰ ਬ੍ਰਾਂਡ ਅਤੇ ਅਸੀਂ ਸਭ ਤੋਂ ਪਹਿਲਾਂ ਮੈਂ ਕਰਨਾ ਚਾਹੂੰਗੀ ਮੇਰੀ ਇੰਟਰੋਡਕਸ਼ਨ ਮੈਂ ਜ਼ਰੂਰ ਇੱਕ ਪੂਰੀ ਆਪਣੀ ਲਾਈਫ ਸਟੋਰੀ ਇਨ ਸ਼ੋਰਟ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਸਭ ਤੋਂ ਪਹਿਲਾਂ ਹਾਂ ਬਹੁਤ ਸਾਰੇ ਮੈਸੇਜਿਸ ਆ ਰਹੇ ਨੇ ਮੈਂ ਸਾਰਿਆਂ ਦੇ ਮੈਸੇਜਿਸ ਦੇ ਰਿਪਲਾਈ ਦੇਵਾਂਗੀ ਜਦੋਂ ਮੈਂ ਚਾਹੁੰਦੀ ਹਾਂ ਕੁਛ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕੁਛ ਮੇ ਬੀ ਜੋ ਲਾਈਵ ਦੇਖ ਰਹੇ ਨੇ ਉਹ ਮੇਰੇ ਕਾਲਜ ਮੇਰੇ ਨਾਲ ਪੜ੍ਹੇ ਹੋਣਗੇ ਮੇਰੀ ਕੁਛ ਬੈਸਟ ਫਰੈਂਡਸ ਦੇ ਮੈਸੇਜ ਵੀ ਆ ਰਹੇ ਨੇ ਅਤੇ ਹੋ ਸਕਦਾ ਕੁਛ ਮੈਨੂੰ ਆਫਟਰ ਮੈਰਿਜ ਮਿਸਿਸ ਪੰਜਾਬ ਤੋਂ ਬਾਅਦ ਮੈਨੂੰ ਜਾਣਦੇ ਨੇ ਤਾਂ ਸੀਗੀ ਔਰ ਮੈਂ ਅੱਜ ਕੀ ਕਰ ਰਹੀ ਹਾਂ ਔਰ ਇੱਥੋਂ ਤੱਕ ਮਤਲਬ ਮੈਂ ਨਹੀਂ ਕਹਿੰਦੀ ਮੈਂ ਬਹੁਤ ਕੁਛ ਕਰ ਲਿਆ ਬਹੁਤ ਕੁਛ ਲਾਈਫ 'ਚ ਹਲੇ ਕਰਨਾ ਬਾਕੀ ਹੈ ਬਟ ਸਟਿਲ ਮੈਂ ਜਿੰਨਾ ਵੀ ਕੀਤਾ ਮੈਨੂੰ ਲੱਗਦਾ ਕਿ ਮੈਂ ਥੋੜ੍ਹੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਮੈਂ ਕੁਛ ਕਰ ਪਾਵਾਂ ਅਤੇ ਜਿੱਥੋਂ ਤੱਕ ਵੀ ਮੈਂ ਪਹੁੰਚੀ ਹਾਂ ਹੋ ਸਕਦਾ ਮੇਰੀ ਸਟੋਰੀ ਤੋਂ ਕੁਛ ਲੋਕਾਂ ਨੂੰ ਮਤਲਬ ਕੁਛ ਲੋਕ ਇੰਸਪਾਇਰ ਹੋਣ ਕਿਉਂਕਿ ਮਿਸਿਸ ਪੰਜਾਬ ਇੱਕ ਮੈਰਿਡ ਲੇਡੀ ਲਈ ਉਹ ਪਲੈਟਫਾਰਮ ਹੈ ਜੋ ਲੇਡੀਜ਼ ਨੂੰ ਆਪਣੇ ਆਪ 'ਤੇ ਵਿਸ਼ਵਾਸ ਕਰਨਾ ਸਿਖਾਉਂਦਾ ਅਤੇ ਮੇਰੀ ਲਾਈਫ ਦੇ ਵਿੱਚ ਮਿਸਿਸ ਪੰਜਾਬ ਦੇ ਸ਼ੋਅ ਨੇ ਬਹੁਤ ਵੱਡੀ ਇੱਕ ਅਹਿਮੀਅਤ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ
मैं गल करा अपनी, मैं पठानकोट दे एक छोटे जे पिंड तो बिलोंग करती सी, मतलब मिसिस पंजाब तो शादी तो पहला दी गल कर रही हूँ। मैं जो अनमैरिड सी, मैं पठानकोट दे एक छोटे जे पिंड सुंदर चक तो बिलोंग करती हाँ, तो उतों मैं उत्थे ही पली बड़ी हाँ। तो मैं पठानकोट के रमा चोपड़ा कॉलेज के ग्रैजुएशन की है, और दीनानगर के शांति देवी आर्या महिला कॉलेज तो मैं अपनी MSc फैशन डिजाइनिंग कंप्लीट की है, तो उतें ही मैं एक साल लैक्चरार की जॉब भी की है। तो उस तो बाद मैं एक पंजाबी चैनल पर एंकर भी रही हाँ, पंजाब प्लस चैनल पर मैं एक साल काम किया, उत्थे मैं न्यूज़ एंकर भी रही हाँ, मैं दो शोज़ भी होस्ट किए ने उत्थे, तो एक साल मैं उत्थे काम किया। तो उस तो बाद मैं दीनानगर शांति देवी कॉलेज ज्वाइन किया एज अ लैक्चरार, तो उस तो बाद 2014 मैंने कॉलेज ज्वाइन किया। 2015 मेरी मैरिज मेरे हसबैंड मिस्टर जसदीप सिंह ओबराय उन्होंने नाल हुई, और उस तो बाद कि मैरिज तो बाद मैं उन्होंने नाल उन्होंने मतलब बिजनेस ही स्टार्ट कर लिया। जिस तरह कि सारे नूं पता है कि मेरे हसबैंड मोटिवेशनल स्पीकर ने, तो मैं भी एक उन्होंने नाल मोटिवेशनल स्पीकर आफ्टर मैरिज मैं उन्होंने बिजनेस स्टार्ट किया उन्होंने नाल। तो कितना ना कितने मैंने इदा लगता सीगा कि शायद मैं अपना जिहड़ा करियर है, जिस तरह कि मैं अपने करियर की सब तो स्टार्टिंग की मिस PTC पंजाबी दे विच मैं मिस बटाला का टैग विन किया 2010। तो उस तो बाद मैं अगे अगे जो जो चीज़ा मेरी आई गई तो मैं करी गई, दैन उस तो बाद मैरिज हो गई। तो मैं इदा लग्या कि शायद हुण जिहड़ा मेरा मीडिया लाइन का करियर है वो मेरा इतों तक ही सीगा, जो भी मेरे मतलब मैं करना सीगा मैं बस उन्ना को कर लिया कि मैं चैनल ते सीगी या मैं मिस PTC पंजाबी दे विच मिस बटाला विन किया, तो लगता सी शायद उत्थे ही खत्म है। तो जिदा कि हसबैंड दे नाल बिजनेस दे विच आई, तो हौली हौली जिस तरह टाइम निकलता गया, दो साल निकल गए, तो 2017 दो तीन बार मैं मिसिज पंजाब का 2016 दे विच भी देखा सीगा, 15 दे विच भी देखा सीगा कि मैं पार्टिसिपेट कर हूँ दोबारा इस फील्ड नहीं जाना। बट पता नहीं कहते ना कि जिहड़ी तुहाडी एक मंजिल हुंदी है जां जिहड़ा एक अंदर दा एक कीड़ा हुंदा वो कदे नहीं मरदा, तो शायद उस कीड़े ने ही मैनू लाइक मिसिज पंजाब दे एक पोस्ट मेरे हसबैंड नू दिखाई, मेरे हसबैंड ने ही मेरा फॉर्म फिल किया, उन्होंने मैनू मोटिवेट किया क्योंकि उन्होंने मेरे नाल रहिंदे होए फील किया कि बचपन तो मेरा पैशन सीगा कि मैं इस इंडस्ट्री दे विच कुछ करना चाहती सी और कुछ मतलब अपनी पहचान बनाना चाहती सी, तो उन्होंने मैनू मोटिवेट किया कि तुसी मिसिज पंजाब दे विच, इवन मेरा फॉर्म भी उन्होंने ही फिल किया, मैं मिसिज पंजाब 2017 दे विच पार्टिसिपेट किया। और जो पार्टिसिपेट किया तो जर्नी उदो भी मेरे लिए सौखी नहीं सी क्योंकि थानू पता है कि मोस्टली कुड़ियां आफ्टर मैरिज वेट गेन कर लैंदियां, तो उदा ही मेरे नाल होया कि मैं भी काफ़ी सारा वेट गेन कर चुकी सीगी, तो मतलब जिन्ना चाहिए सी उस तो 15-20 किलो ज़्यादा ही कह सकते हैं तुसी। अजकल नॉर्मल प्रॉब्लम आ रही है क्योंकि ऑब्वियसली साड़ी डाइट वर्कआउट ये सारिया चीज़ा असी इग्नोर ही करते हैं, मतलब प्रॉपर खाते नहीं है जां बहुत सारी मतलब वर्कआउट भी असी इस तरह मनते हैं कि अपनी डेली रूटीन दे विच कंपलसरी नहीं मनते, मतलब कोई तुहानू कुछ फसी हुई है तो ता ही असी वर्कआउट करना पसंद करते हैं, अदरवाइज असी नॉर्मल रूटीन दे विच अपने वर्कआउट करना चंगा नहीं समझते। तो उदा ही मेरे नाल सीगा, तो जदों मिसिज पंजाब दे विच मैं पार्टिसिपेट किया, मैं लुधियाना ऑडिशन तो स्टार्ट किया, मैं उत्थे पहले दिन जो पहला ऑडिशन सीगा उस टाइम के उत्ते उस सीजन का, तो जो मैं ऑडिशन दिता तो जजिस सीगे उत्थे पवन मैम सीगे, ऑब्वियसली मैं बहुत कुछ सीखिया उन्हां कोलों, तो पवन मैम सीगे, सुखी सर सीगे, एक दो होर जजिस भी सीगे। और उस तो बाद जो ऑडिशन गया जितों तक मैनू लगता है मैं उस ऑडिशन दे विच सब तो ज़्यादा स्कोर किया सीगा, और जजिस ने परसनली मैं बाद विच जजिस तो मिली सीगी उन्होंने, क्योंकि मैं मेरा मकसद सिर्फ पार्टिसिपेट करना नहीं सीगा, क्योंकि जे विआह तो पहला मैं इस लाइन दे विच सीगी मिसिज पंजाब दे विच आना और दोबारा अपने विआह तो बाद इस करियर नू स्टार्ट करना, सिर्फ पार्टिसिपेट करना मेरा मकसद नहीं सीगा, मेरा मकसद सीगा इस शो नू जितना, क्योंकि जिस प्लेटफॉर्म ते मैं मोटिवेशनल स्पीकर लोगों के अगे बोल के मेरा कॉन्फिडेंस जदों वधिया है ना मैं स्टेजां दे उत्ते बोलना, तो असी लोगों नू बहुत मतलब पॉजिटिविटी दें, तो मैं सोचती सी कि अज मेरी वारी है कि मैं अपनी लाइफ के एक पॉजिटिविटी के नाल मैं अगे वधना है। तो मैनू जजिस ने कहा सीगा कि तुसी अपना वेट लूज़ कर लो, बहुत बार बहुत सारे लोगों ने मेरे इंटरव्यूज़ के सुनिया होएगा जां मेरे कई लाइव के सुनिया होएगा कि मेरी गल कही है, तो उस टाइम पर मैनू जजिस ने कहा कि तुसी वेट घट कर लो, बाकी कोई कमी नहीं है, बाकी तुसी नाल दी नाल बाकी तैयारियां भी करो। तो मैनू याद है जून के मेरा ऑडिशन सीगा और अगस्त के मेरा फाइनल सीगा, तो 2 महीनों के मैं अपना 17 किलो भार किदा घटाया है मैनू पता है, मेरी फ्रेंड है मीना मरोड़ा हर बार साढ़े मिसिज पंजाब के ग्रूमिंग सैशनज़ के असी बुलाने उन्होंने,
ਅਤੇ ਉਹਨਾਂ ਨੇ ਮੈਨੂੰ ਬਹੁਤ ਹੈਲਪ ਕੀਤੀ, ਉਹਨਾਂ ਨੇ ਮੈਨੂੰ ਡਾਈਟ ਪਲਾਨਸ ਦਿੱਤੇ, ਮੈਂ ਜਿਮ ਜੁਆਇਨ ਕੀਤਾ ਅਤੇ ਮੇਰੇ ਲਈ ਬਹੁਤ ਔਖਾ ਸੀਗਾ। ਮੈਂ ਜਿਸ ਤਰ੍ਹਾਂ ਕਿ ਮੇਰੇ ਲਾਸਟ ਲਾਈਵ ਸੀਗਾ ਅਮਿਲੀਅਨ ਡੋਲਰ ਅਫੇਅਰਸ ਵਾਲਿਆਂ ਦੇ ਨਾਲ ਮੇਰਾ ਲਾਈਵ ਸੀਗਾ, ਉਹਦੇ ਵਿੱਚ ਵੀ ਮੈਂ ਦੱਸਿਆ ਸੀਗਾ ਕਿ ਕਿਤੇ ਨਾ ਕਿਤੇ ਲਾਅ ਆਫ ਅਟਰੈਕਸ਼ਨ ਔਰ ਪੋਜ਼ਿਟਿਵ ਥਿੰਕਿੰਗ ਜੋ ਚੇਂਜਿਸ ਲੈ ਕੇ ਆਏ ਨੇ ਉਹਦੀ ਵਜ੍ਹਾ ਨਾਲ ਹੀ ਆਏ ਨੇ। ਅਤੇ ਉਹਦੇ ਵਿੱਚ ਮੈਂ ਇਹ ਵੀ ਦੱਸਿਆ ਸੀਗਾ ਕਿ ਮੈਂ ਦਾ ਸੀਕਰੇਟ ਬੁੱਕ ਪੜ੍ਹੀ ਸੀ, ਮੈਨੂੰ ਬਹੁਤ ਸਾਰੇ ਲੋਕਾਂ ਦੇ ਮੈਸੇਜ ਆਏ ਸੀਗੇ ਕਿ ਮੈਂ ਉਹਨਾਂ ਨੂੰ ਰਿਕਮੈਂਡ ਕੀਤਾ ਸੀਗਾ ਕਿ ਤੁਸੀਂ ਜਿਨ੍ਹਾਂ ਨੇ ਨਹੀਂ ਦੇਖੀ ਦਾ ਸੀਕਰੇਟ ਬੁੱਕ ਨਹੀਂ ਪੜ੍ਹੀ ਜਾਂ ਵੀਡੀਓ ਨਹੀਂ ਦੇਖੀ ਉਹ ਜ਼ਰੂਰ ਇੱਕ ਵਾਰ ਵੀਡੀਓ ਨੂੰ ਜ਼ਰੂਰ ਵਾਚ ਕਰਨਾ। ਅਤੇ ਬਹੁਤ ਸਾਰੇ ਲੋਕਾਂ ਨੇ ਦੇਖੀ ਵੀ, ਮੈਨੂੰ ਫੀਡਬੈਕ ਮੇਰੇ ਪਰਸਨਲ ਅਕਾਊਂਟਸ 'ਤੇ ਮੇਰੇ ਮੈਸੇਜਿਸ ਆਏ ਸਾਰਿਆਂ ਦੇ ਕਿ ਅਸੀਂ ਸੀਕਰੇਟ ਮੂਵੀ ਦੇਖੀ ਔਰ ਬਹੁਤ ਜ਼ਿਆਦਾ ਇੰਸਪਾਇਰਿੰਗ ਔਰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਉਹਦੇ ਤੋਂ। ਤਾਂ ਉਸ ਮੂਵੀ ਨੇ ਮੈਂ ਬਹੁਤ ਵਾਰ 3-4 ਸਾਲ ਮੈਨੂੰ ਹੋ ਚੁੱਕੇ ਸੀ ਉਸ ਮੂਵੀ ਨੂੰ ਦੇਖਿਆ ਨੂੰ ਜਾਂ ਬੁੱਕ ਨੂੰ ਪੜ੍ਹਿਆ ਨੂੰ, ਸ਼ਾਇਦ ਮੇਰੀ ਲਾਈਫ ਦੇ ਵਿੱਚ ਉਸਨੂੰ ਅਪਲਾਈ ਕਰਨ ਦਾ ਉਹ ਪਹਿਲਾ ਮੂਮੈਂਟ ਸੀਗਾ ਕਿ ਮੈਨੂੰ ਇੱਕ ਤਾਂ ਸੁਬਾਹ ਉੱਠਣਾ ਚੰਗਾ ਨਹੀਂ ਲੱਗਦਾ ਸੀਗਾ, ਓਬਵੀਅਸਲੀ ਇਹ ਸਾਰਿਆਂ ਨੂੰ ਨਹੀਂ ਲੱਗਦਾ, ਬੋਸ ਅੱਜ ਦੀ ਜਨਰੇਸ਼ਨ ਜਿਹੜੀ ਹੈ ਸੁਬਾਹ ਉੱਠਣਾ ਜਲਦੀ ਚੰਗਾ ਨਹੀਂ ਲੱਗਦਾ ਉਹਨਾਂ ਨੂੰ। ਮੇਰੇ ਮਦਰ ਇਨ ਲਾਅ ਵੀ ਨਾਲ ਨਾਲ ਲਾਈਵ ਦੇਖ ਰਹੇ ਨੇ, ਉਹਨਾਂ ਨੂੰ ਵੀ ਪਤਾ ਕਿ ਮੈਨੂੰ ਜਲਦੀ ਉੱਠਣਾ ਚੰਗਾ ਨਹੀਂ ਲੱਗਦਾ। ਅਤੇ ਮੈਂ ਕੀ ਕੀਤਾ ਸੀਗਾ ਕਿ ਸੁਬਹਾ ਮੈਂ 7 ਵਜੇ ਜਾਣਾ ਹੁੰਦਾ ਸੀਗਾ ਮਤਲਬ ਜਿਮ ਦੇ ਵਿੱਚ, ਅਤੇ ਮੈਂ ਅਲਾਰਮ ਵੱਜਦਾ ਸੀ, ਦਿਲ ਕਰਦਾ ਸੀ ਦੁਬਾਰਾ ਸੋ ਜਾਵਾਂ, ਬਟ ਮੈਂ ਆਪਣੀ ਬੈੱਡਰੂਮ ਦੇ ਸਾਹਮਣੇ ਬਿਲਕੁਲ ਮਿਸਿਸ ਪੰਜਾਬ ਲਿਖ ਕੇ, ਮਿਸਿਸ ਪੰਜਾਬ 2017 ਸਮ੍ਰਿਤੀ ਓਬਰਾਏ ਲਿਖ ਕੇ ਕਰਾਊਨ ਆਰਟੀਫਿਸ਼ਲ ਕਰਾਊਨ ਲਗਾ ਕੇ ਫਿੱਟ ਕਰਕੇ ਫੋਟੋ ਆਪਣੇ ਸਾਹਮਣੇ ਲਗਾ ਦਿੱਤੀ ਸੀ, ਔਰ ਮੈਂ ਥੈਂਕਸ ਟੂ ਗੋਡ ਫੋਰ ਮਿਸਿਸ ਪੰਜਾਬ 2017 ਟੈਗ ਲਿਖ ਦਿੱਤਾ ਸੀਗਾ। ਅਤੇ ਜਦੋਂ ਮੈਂ ਉਹ ਸੁਬਹਾ ਅਲਾਰਮ ਵੱਜਦਾ ਸੀ, ਸਭ ਤੋਂ ਪਹਿਲਾਂ ਨਜ਼ਰ ਉੱਧਰ ਜਾਂਦੀ ਸੀ, ਇੱਕ ਵਾਰੀ ਮਨ ਕਰਦਾ ਸੀ ਦੂਸਰਾ ਮਨ ਜਦੋਂ ਵਾਲ 'ਤੇ ਲੱਗੀ ਹੋਈ ਫੋਟੋ ਵੱਲ ਧਿਆਨ ਜਾਂਦਾ ਸੀਗਾ, ਉਦੋਂ ਇੱਦਾਂ ਲੱਗਦਾ ਸੀ ਜੇ ਤੂੰ ਉਹ ਬਣਨਾ ਤਾਂ ਤੈਨੂੰ ਉੱਠਣਾ ਪੈਣਾ, ਤੈਨੂੰ ਜਿਮ ਜਾਣਾ ਪੈਣਾ, ਤਾਂ ਜੇ ਨਹੀਂ ਕਰੇਂਗੀ ਤਾਂ ਫਿਰ ਤੂੰ ਭੁੱਲ ਜਾ ਕੇ ਮਿਸਿਸ ਪੰਜਾਬ ਤੇਰੇ ਹੱਥ ਵਿੱਚ ਆ ਸਕਦਾ। ਤਾਂ ਦੈਨ ਬਸ ਉਹ ਜਰਨੀ ਮੇਰੀ ਬਹੁਤ ਵਧੀਆ ਜਰਨੀ ਸੀ, ਸ਼ਾਇਦ ਮੇਰੀ ਲਾਈਫ, ਮੈਂ ਸੱਚੀ ਵਿੱਚ ਸੀਰੀਅਸਲੀ ਇਹ ਮੇਰੀ ਇੱਕ ਸਿਰਫ ਕਹਿਣ ਦੇ ਲਈ ਨਹੀਂ ਹੈ, ਮੇਰਾ ਜ਼ਿੰਦਗੀ ਨੂੰ ਬਦਲਣ ਦਾ ਮਿਸਿਸ ਪੰਜਾਬ ਦਾ ਬਹੁਤ ਵੱਡਾ ਰੋਲ ਹੈ। ਸ਼ਾਇਦ ਮੈਂ ਅੱਜ ਇੱਕ ਆਰਡੀਨਰੀ ਹਾਂ ਬਿਜ਼ਨਸ ਦੇ ਵਿੱਚ ਜ਼ਰੂਰ ਹੁੰਦੀ ਆਪਣੇ ਹਸਬੈਂਡ ਦੇ ਨਾਲ, ਉੱਥੇ ਵੀ ਬਹੁਤ ਜ਼ਿਆਦਾ ਅੱਛਾ ਨੇਮ ਫੇਮ ਹੈ, ਬਟ ਜਿਹੜਾ ਹੁੰਦਾ ਨਾ ਇੱਕ ਬੰਦੇ ਦਾ ਡ੍ਰੀਮ ਹੁੰਦਾ ਬਚਪਨ ਤੋਂ, ਤਾਂ ਉਹ ਮੈਂ ਆਪਣਾ ਡ੍ਰੀਮ ਕਿਤੇ ਨਾ ਕਿਤੇ ਮਿਸ ਕਰ ਦਿੰਦੀ। ਤਾਂ ਮਿਸਿਸ ਪੰਜਾਬ ਨੇ ਸੱਚੀ ਮੈਨੂੰ ਉਹ ਇੱਕ ਪਲੈਟਫਾਰਮ ਦਿੱਤਾ, ਉਹ ਮੈਨੂੰ ਇੱਕ ਕਹਿ ਸਕਦੇ ਹਾਂ ਇੱਕ ਰੁਤਬਾ ਦਿੱਤਾ ਕਿ ਅੱਜ ਲੋਕ ਮੈਨੂੰ ਜਾਣਦੇ ਨੇ ਕਿ ਸਮ੍ਰਿਤੀ ਓਬਰਾਏ ਮਿਸਿਸ ਪੰਜਾਬ, ਈਵਨ ਅੱਜ ਮੈਨੂੰ ਮਿਸਿਸ ਪੰਜਾਬ ਦੀ ਬ੍ਰਾਂਡ ਅੰਬੈਸਡਰ ਦੇ ਨਾਮ ਨਾਲ ਵੀ ਲੋਕ ਜਾਣਦੇ ਨੇ। ਸੋ ਮੇਰੇ ਲਈ ਬਹੁਤ ਪ੍ਰਾਊਡ ਦੀ ਗੱਲ ਹੈ ਕਿ ਮੈਂ ਇਸ ਸ਼ੋਅ ਦੇ ਵਿੱਚ ਆਈ, ਔਰ ਓਬਵੀਅਸਲੀ ਪਰਮਿੰਦਰ ਸਰ ਅਤੇ ਹਰਪ੍ਰੀਤ ਮੈਮ ਉਹਨਾਂ ਨੇ ਇੰਨਾ ਵਧੀਆ ਪਲੈਟਫਾਰਮ ਕ੍ਰੀਏਟ ਕੀਤਾ ਮੈਰਿਡ ਵੂਮੈਨਸ ਦੇ ਲਈ। ਅਤੇ ਇਹਦੇ ਨਾਲ ਹੀ ਮੈਂ ਜੁੜਦੀ ਹੋਈ ਇੱਕ ਗੱਲ ਕਰਨਾ ਚਾਹੁੰਦੀ ਹਾਂ ਕਿ ਮੈਂ ਮੈਰਿਡ ਲੇਡੀਜ਼ ਨੂੰ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ, ਕਿਉਂਕਿ ਦੇਖੋ ਬਹੁਤ ਸਾਰੀ ਦਿੱਕਤਾਂ ਹੁੰਦੀਆਂ ਕਿ ਕਈ ਵਾਰ ਕੀ ਹੁੰਦਾ ਕਿ ਲੋਕਾਂ ਦੇ ਵਿੱਚ ਟੈਲੈਂਟ ਹੁੰਦਾ ਬਟ ਉਹਨਾਂ ਦੀ ਫੈਮਿਲੀ ਸਪੋਰਟ ਨਹੀਂ ਕਰਦੀ, ਅਤੇ ਕਈ ਵਾਰ ਕੀ ਹੁੰਦਾ ਕਿ ਫੈਮਿਲੀ ਵੀ ਸਪੋਰਟ ਕਰ ਰਹੀ ਹੁੰਦੀ ਹੈ, ਟੈਲੈਂਟ ਵੀ ਹੁੰਦਾ, ਅਸੀਂ ਆਪ ਹੀ ਢਿੱਲ ਵਰਤ ਲੈਂਦੇ ਕਿ ਨਹੀਂ ਛੱਡ ਪਰੇ ਕੀ ਕਰਨਾ ਜਾ ਕੇ, ਹੈ ਨਾ। ਪਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਜੇ ਤੁਹਾਡੇ ਵਿੱਚ ਟੈਲੈਂਟ ਹੈ ਤਾਂ ਉਸਨੂੰ ਖਤਮ ਨਾ ਕਰੋ, ਘਰ ਬੈਠੇ ਬੈਠੇ ਉਸਨੂੰ ਵੇਸਟ ਨਾ ਕਰੋ, ਉਸਨੂੰ ਯੂਟੀਲਾਈਜ਼ ਕਰੋ। ਟੈਲੈਂਟ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ, ਚਾਹੇ ਤੁਹਾਨੂੰ ਡਾਂਸਿੰਗ ਕਰਨਾ ਅੱਛਾ ਲੱਗਦਾ, ਤੁਹਾਨੂੰ ਸਿੰਗਿੰਗ ਅੱਛੀ ਲੱਗਦੀ ਹੈ, ਤੁਹਾਨੂੰ ਪੇਂਟਿੰਗ ਅੱਛੀ ਲੱਗਦੀ ਹੈ, ਕੁਛ ਵੀ ਤੁਹਾਨੂੰ ਅੱਛਾ ਲੱਗਦਾ, ਤੁਹਾਨੂੰ ਲੱਗਦਾ, ਔਰ ਈਵਨ ਜਿਹੜੇ ਲੋਕਡਾਊਨ ਪੀਰੀਅਡ ਚੱਲ ਰਿਹਾ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਅੰਦਰ ਦਾ ਟੈਲੈਂਟ ਬਾਹਰ ਕੱਢਿਆ, ਕੁਛ ਲੋਕ ਕੁਕਿੰਗ ਕਰ ਰਹੇ ਨੇ, ਕੁਛ ਲੋਕ ਪੇਂਟਿੰਗ ਕਰ ਰਹੇ ਨੇ, ਤਾਂ ਕੁਛ ਚੀਜ਼ਾਂ ਸਾਡੇ ਆਪਣੇ ਬਾਰੇ ਹੀ ਬਹੁਤ ਸਾਰੀਆਂ ਨੇ ਜੋ ਸਾਨੂੰ ਨਹੀਂ ਪਤਾ ਕਿ ਸਾਡੇ ਵਿੱਚ ਇਹ ਖੂਬੀ ਵੀ ਹੈ, ਉਹ ਕਿਤੇ ਨਾ ਕਿਤੇ ਸਾਨੂੰ ਆਪਣੇ ਅੰਦਰ, ਜਿਸ ਤਰ੍ਹਾਂ ਕਹਿੰਦੇ ਨਾ ਅਸੀਂ ਅੱਜ ਕੱਲ੍ਹ ਬਾਹਰ ਨਹੀਂ ਜਾ ਸਕਦੇ ਬਟ ਆਪਣੇ ਅੰਦਰ ਜ਼ਰੂਰ ਜਾ ਸਕਦੇ ਹਾਂ। ਸੋ ਆਪਣੇ ਅੰਦਰੋਂ ਉਹ ਸਾਰੀਆਂ ਖੂਬੀਆਂ ਨੂੰ ਬਾਹਰ ਕੱਢੋ ਜੋ ਸਾਡੇ ਅੰਦਰ ਨੇ ਔਰ ਸਾਨੂੰ ਖੁਦ ਨੂੰ ਹੀ ਨਹੀਂ ਪਤਾ। ਤਾਂ ਮਿਸਿਸ ਪੰਜਾਬ ਦਾ ਅੱਜ ਅਸੀਂ ਲਾਈਵ ਕਿੱਦਾਂ ਪਲਾਨ ਕੀਤਾ, ਮੈਂ ਇਸ ਬਾਰੇ ਗੱਲ ਕਰੂੰਗੀ ਕਿ ਜਿੱਦਾਂ ਕਿ ਅਸੀਂ ਐਂਟਰਟੇਨਿੰਗ ਦਾ ਇੱਕ ਸੋਰਸ ਹੈ ਮਿਸਿਸ ਪੰਜਾਬ ਵੀ, ਜਦੋਂ ਸ਼ੋਅ ਚੱਲਦਾ ਲੋਕ ਦੇਖਦੇ ਨੇ, ਲਾਈਵ ਦੇਖਦੇ ਨੇ, ਪੰਜਾਬ ਵਿੱਚ ਲੋਕ ਲਾਈਵ ਦੇਖਦੇ ਨੇ, ਈਵਨ ਆਊਟ ਆਫ ਪੰਜਾਬ ਵੀ ਬਹੁਤ ਸਾਰੇ ਸਾਡੇ ਵਿਅਰਸ ਨੇ। ਅਤੇ ਅਸੀਂ ਸੋਚਿਆ ਪਰਮਿੰਦਰ ਸਰ, ਹਰਪ੍ਰੀਤ ਮੈਮ ਅਤੇ ਮੈਂ ਕਿ ਕਿਉਂ ਨਾ ਆਪਣੇ ਜਿਹੜੇ ਸਾਡੇ ਦਰਸ਼ਕ ਨੇ ਮਿਸਿਸ ਪੰਜਾਬ ਦੇ ਪੇਜ ਨਾਲ ਜੁੜੇ ਨੇ, ਹਰ ਕੋਈ ਲਾਈਵ ਆ ਕੇ, ਹਰ ਕੋਈ ਔਨਲਾਈਨ ਆ ਕੇ ਕੁਛ ਨਾ ਕੁਛ ਕਰ ਰਿਹਾ, ਮਤਲਬ ਕੁਛ ਐਕਟੀਵਿਟੀਜ਼ ਕਰ ਰਿਹਾ, ਤਾਂ ਅਸੀਂ ਵੀ ਕਿਉਂ ਨਾ ਆਪਣੇ ਵਿਅਰਸ ਦੇ ਲਈ ਕੁਛ ਐਕਸਟਰਾ ਸੋਚੀਏ ਕਿ ਉਹਨਾਂ ਨੂੰ ਅਸੀਂ ਵੀ ਐਂਟਰਟੇਨ ਕਰੀਏ ਕਿਸੇ ਤਰੀਕੇ ਨਾਲ। ਅਤੇ ਸੋ ਅਸੀਂ ਪਲਾਨ ਕੀਤਾ ਕਿ ਅਸੀਂ ਵੀ ਹਰ ਰੋਜ਼ ਜਿਹੜੇ ਸਾਡੇ ਵਿਨਰਸ ਨੇ ਉਹਨਾਂ ਦੇ ਨਾਲ ਲਾਈਵ ਆਇਆ ਕਰਾਂਗੇ, ਕੁਛ ਟੋਪਿਕਸ ਜਿਹੜਾ ਜਿਹੜੀ ਫੀਲਡ ਤੋਂ ਰਿਲੇਟ ਕਰਦਾ ਉਹ ਉਸੇ ਫੀਲਡ ਦੀ। ਮੰਨ ਲਓ ਸਾਡੇ ਕੋਲ ਬਹੁਤ ਸਾਰੇ ਵਿਨਰਸ ਨੇ ਇਸ ਸਾਲ ਵਾਲੇ ਵਿਨਰਸ ਨੇ, ਮੇ ਬੀ ਪਿਛਲੇ ਸਾਲ ਵਾਲੇ, ਮੇ ਬੀ ਉਸ ਤੋਂ ਪਿਛਲੇ ਸਾਲ ਵਾਲੇ, ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਜਿੰਨੇ ਦਿਨ ਇਹ ਲੋਕਡਾਊਨ ਹੈ ਤਾਂ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਜ਼ਰੂਰ ਕਰਾਂਗੇ, ਹਰ ਰੋਜ਼ ਇੱਕ ਨਵੇਂ ਸ਼ਖਸ ਦੇ ਨਾਲ ਲਾਈਵ ਵਿੱਚ ਆ ਕੇ। ਅੱਜ ਮੈਂ ਆਈ ਹਾਂ, ਸਟਾਰਟਿੰਗ ਮੇਰੇ ਤੋਂ ਹੋਈ ਹੈ, ਤਾਂ ਇਸ ਤੋਂ ਬਾਅਦ ਹਰ ਰੋਜ਼ ਅਸੀਂ ਡਿਫਰੈਂਟ ਡਿਫਰੈਂਟ ਕੋਈ ਨਾ ਕੋਈ ਆਏਗਾ ਜ਼ਰੂਰ, ਹਰ ਇੱਕ ਜਿਹੜੀ ਵੀ ਕੋਈ
मिसिस पंजाब दी विनर या फाइनलिस्ट जो भी आएंगे वो हर एक अपनी अपनी फील्ड विच बहुत माहिर ने, तुहानू बहुत सारिया चीज़ां दस के जाएंगे, बहुत सारे टिप्स दे के जाएंगे। सो हुण मैं गल करना चाहूँगी करोना दे बारे। करोना थानू सारिया नू पता एक बहुत मतलब भयानक महामारी है ना, वो सारिया नू ही पता है। इहदा बचाव इहदे विच ये कि असी सारे जने अपने घरां दे विच रहिए। स्टिल कुछ लोग है जो इस नू सीरियस नहीं लै रहे हाले भी। ईवन मैं लुधियाना विच रहनी हाँ तो मैनू कल दा पता चल रहा है कि लुधियाना दे विच भी 77-80 केसिस लुधियाना दे विच आ चुके ने। तो मतलब असी सारे जने अपनी रिस्पोंसिबिलिटी नहीं समझ रहे। सानू अपनी जान दे नाल नाल दूसरियां दी जान दी फिकर भी करनी चाहिए। मे बी कुछ लोग होणगे जो अपने आप नाल प्यार नहीं करते, पर उन्हां नू दूसरियां दे नाल प्यार नू जाहिर करदिआं होइआं अपने आप नू घर रखना चाहिए, क्योंकि जे उह अपने घर रहणगे तां सेफ्टी उन्हां दी कल्लिआं दी नहीं है, बाहर भी होर बहुत सारे लोगों की सेफ्टी है। क्योंकि साढ़े लई साडा पुलिस डिपार्टमेंट, साढ़े डॉक्टर्स, क्लीनिंग डिपार्टमेंट लै लो तुसीं, जिहड़े सानू हर रोज़ डिलीवरी कर रहे ने, फ्रूट्स की डिलीवरी हो रही है। सोचो कि साढ़े वो सारे जने अपने अपने घर तो बाहर ने, उन्हां दी फैमिलीज भी ने, उन्हां दे बच्चे भी ने जो चाहते ने कि उन्हां दे फादर या मदर उन्हां नू टाइम देन, बट सिर्फ साड़ी सेफ्टी करके साड़ी कोई भी चीज़ लेट ना पहुंचे, नुकसान ना हो, वो सारे जने साडे करके डिलीवरीज कर रहे ने या अपनी अपनी जॉब्स दे ने या अपनी अपनी ड्यूटीज दे रहे ने। तो साडी ड्यूटी की है, सिर्फ अपने घर रहना और अपने घरदिआं नू घर विच रखना ते उहनां नू एप्रीशिएट करना। साडी इक उहनां नू इही लाइक एप्रीसीएशन इही होएगी कि जे असीं घर रहांगे, क्योंकि जे असीं घरों बाहर निकलण दी कोशिश करांगे तां उहनां दा कम होर वधेगा। सो अपने आप नू घर दे विच ही रखो, कोशिश करो कि आप भी ना जाओ, अपने घरदिआं नूं भी ना बाहर जाण दो। जे तुहाडे आस पास तो कोई भी जाना बाहर जा रहा है, जिस तरह कि हुण कुछ शहरां दे विच सरकार ने ढिल दे देनी है कि सुबह 7-11 मेरे ख्याल दे विच कि जा सकदे हो तुसीं बाहर, पर जे उस टाइम पीरियड दे विच भी असीं निकलना है बाहर तां ऑब्वियसली जिहड़ियां गाइडलाइनस दित्तियां गईआं ने उहनां नूं फॉलो करदे ही निकलना चाहिए। मास्क प्रॉपर लगा के, सैनिटाइजर अपने कोल रखो, किसी दे नाल संपर्क विच नहीं आना। जदों तुसीं अपने घर आने हो तां जो प्रीकॉशन सब कुछ तुहानूं पता है उहनां नूं फॉलो करना है। मैं इन्ना ज़्यादा डीप विच नहीं जाऊंगी। सो मतलब होर मैं बहुत सारे मैं टॉपिक्स लिखे सीगे, क्योंकि कई बार की होंगे जो लाइव एक फ्लो दे विच चल जाता बहुत सारी चीज़ा माइंड दे विच वो स्किप कर जाती हैं। हाँ तो मैं इंट्रोडक्शन दे विच मैं एक चीज़ होर दसना हूँ भूल गई कि इस टाइम तो मैं वेस्टीज़ दे विच काम कर रही हूँ अपने हस्बैंड दे नाल, एज अ स्टार डायरेक्टर काम कर रहे हैं दोनों। और बहुत जिहड़ा मेरी लाइफ दे विच एक टर्निंग पॉइंट है, मैं उहदा क्रैडिट मेरे हस्बैंड दे बिजनेस नूं भी देनी हां, क्योंकि उत्थे असी जो स्टेजिस ते बोलते हैं लोगों को मोटीवेट करते हैं तो डेफिनेटली साड़ी अपनी भी मोटीवेशन जिहड़ी पावर आ वधदी है। तो उतों ही मैनू इन्ना ज़्यादा मोटीवेशन मिलता रहता है कि जो असी मैं लोगों को सोल्यूशन दें तो उन्होंने ही कई अपने सोल्यूशन निकल आते हैं। जिहड़ा मेरा कॉन्फिडेंस लैवल वध्या वो हसबेंड के बिजनेस में आने बाद बहुत ज़्यादा वध्या। तो ये चीज़ मैंने बहुत सारे लोगों ने कॉम्प्लीमेंट भी दिता कि मतलब पहले वाली स्मृति तो हूँ वाली स्मृति के बहुत फर्क है। तो कित ना कि जड़ा मेरे बिजनेस के मैं कॉन्फिडेंस मिले वो देन है। तो होर मैं नैक्सट टॉपिक मैं लिया है, हाँ प्रीकॉशंस मैं दस चुकी हाँ, तो नाल ही मैं हूँ थोड़ी जी अपनी डेली रूटीन भी शेयर करांगी कि मैं की करती हाँ, क्योंकि बहुत सारे लोग मैनू परसनली मैसेज भी आते हैं जब मैं कई बार लाइव आव हर हर वेस्टीज घर घर वेस्टीज यस मैंने बहुत सारे लाइव विच भी मेरे क्वेश्चंस आते हैं या फिर मेरा पर्सनली मैसेज भी आता है कि मैम तुम लॉकडाउन के पीरियड विच की कर रहे हो। तो मैं जिस तरह कि मैं अपने लास्ट लाइव विच भी कहा सीगा कि एक बहुत वड्डा टास्क बन जाता है जो तुसी अपने मीडिया लाइन के करियर दे विच हो, तुसी एक्टिंग विच हो, तुसी मॉडलिंग विच हो, तुसी इदां दे प्रोजेक्ट्स कर रहे हो कि जिदे विच तुहानू अपने आप नू फिट रखना बहुत ज़्यादा जरूरी है। तो वैसे तो मैं नहीं कहती कि मैं 100% सक्सैसफुल हुई हूँ उस विच कि मैं हर रोज़ ही वर्कआउट किया, बट स्टिल मैं अपने आप नू इन सारिया चीज़ों के नाल जोड़ के रखे है, क्योंकि जो भी लॉकडाउन खत्म होएगा तो एकदम सारिया चीज़ा मैनेज करना बहुत औखा है। तो मैं अपनी रूटीन दे विच सुबह उठ के जिस तरह मेरा जो भी रूटीन रहती है डाइट कुछ मैं डाइट दे विच जो जो चीज़ा मेरी डाइट के अकॉर्डिंग कि लाइक फैट जरा फैट वाला फूड नहीं खाना, कुछ प्रोटीन वाली इदा दीज़ा रहा, बाकी कुछ मेरे इम्यूनिटी बूस्ट करन वास्ते मैं कुछ सप्लीमेंट्स भी लै रही हूँ। जिस तरह मैं दस्या मैं वेस्टीज़ दे विच काम कर रही हूँ, तो उतों मैं बहुत सारे सप्लीमेंट्स डेली जोड़े इम्यूनिटी बूस्ट करते हैं वो सारे मैं लै रही हूँ नाल नाल।
ਤੇ ਬਾਕੀ ਰੂਟੀਨ ਦੇ ਵਿੱਚ ਵਰਕਆਊਟ 1 ਘੰਟਾ ਕਦੇ ਮੈਂ ਯੋਗਾ ਕਰ ਲੈਂਦੀ ਹਾਂ, ਕਦੇ ਮੈਂ ਜਿਮ 'ਚੋਂ ਮੇਰੀਆਂ ਜੋ ਐਕਸਰਸਾਈਜ਼ ਰਹਿੰਦੀਆਂ ਸੀਗੀਆਂ ਸਟਮਕ ਦੀਆਂ ਉਹ ਕਰ ਲੈਂਦੀ ਹਾਂ, ਕਦੇ ਕਦੇ ਮੈਂ ਡਾਂਸ ਕਰ ਲੈਂਦੀ ਹਾਂ ਕਿਉਂਕਿ ਮੇਰੀ ਨੀਸ ਆਈ ਹੋਈ ਹੈ ਮੇਰੇ ਕੋਲ ਇੱਥੇ, ਅਤੇ ਕਦੇ ਕਦੇ ਉਹਦੇ ਨਾਲ ਮੈਂ ਡਾਂਸ 30 ਮਿੰਟ ਡਾਂਸ ਕਰਕੇ ਮੈਂ ਵਾਰਮ ਅਪ ਕਰਨ ਤੋਂ ਬਾਅਦ ਐਕਸਰਸਾਈਜ਼ ਕਰਦੀ ਹਾਂ। ਕਦੇ ਕਦੇ ਓਬਵੀਅਸਲੀ ਤੁਸੀਂ ਦੇਖਦੇ ਹੋ ਸਾਰੇ ਜਣੇ, ਮੈਂ ਟਿਕਟੋਕ ਵੀਡੀਓਜ਼ ਵੀ ਬਣਾ ਲੈਂਦੀ ਹਾਂ, ਕਦੇ ਬੁੱਕ ਪੜ੍ਹ ਲੈਂਦੀ ਹਾਂ। ਬਾਕੀ ਅਸੀਂ ਵਰਕ ਫਰੋਮ ਹੋਮ ਕਰ ਰਹੇ ਹਾਂ ਮੈਂ ਅਤੇ ਮੇਰੇ ਹਸਬੈਂਡ, ਅਸੀਂ ਸਾਡੇ ਬਹੁਤ ਸਾਰੇ ਵੈਬੀਨਾਰਸ ਹੁੰਦੇ ਨੇ, ਬਹੁਤ ਸਾਰੀਆਂ ਟ੍ਰੇਨਿੰਗਸ ਹੁੰਦੀਆਂ ਜੋ ਅਸੀਂ ਆਪਣੇ ਘਰ ਬੈਠੇ ਹੀ ਮਤਲਬ ਕਰ ਰਹੇ ਹਾਂ ਟ੍ਰੇਨਿੰਗ ਔਰ ਸਿੱਖ ਵੀ ਰਹੇ ਹਾਂ। ਅਤੇ ਜੇ ਕਿਸੇ ਨੂੰ ਵੀ ਇਸ ਟਾਈਮ 'ਤੇ ਆਪਣੇ ਬਿਜ਼ਨਸ ਦੇ ਵਿੱਚ ਲੋਸ ਚੱਲ ਰਿਹਾ ਜਾਂ ਮਤਲਬ ਉਹ ਐਕਸਟਰਾ ਕੁਛ ਕਰਨਾ ਚਾਹੁੰਦਾ ਤਾਂ ਮੈਨੂੰ ਪਰਸਨਲੀ ਮੈਸੇਜ ਕਰ ਸਕਦਾ, ਅਸੀਂ ਵਰਕ ਫਰੋਮ ਹੋਮ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਸਟਾਰਟ ਕਰਵਾ ਸਕਦੇ ਹਾਂ। ਅਤੇ ਨਾਲ ਹੀ ਮੈਂ ਮਤਲਬ ਹੋਰ ਗ੍ਰੀਨ ਟੀ ਰਹਿੰਦੀ ਹੈ ਮੇਰੀ, ਗ੍ਰੀਨ ਟੀ ਮੈਂ ਨੈਚੁਰਲ ਵੀ ਪੀਂਦੀ ਹਾਂ, ਗ੍ਰੀਨ ਟੀ ਬਣਾ ਕੇ ਆਪ, ਅਤੇ ਜਾਂ ਵੈਸਟੀਜ਼ ਦੀ ਵੈਸਲਿਮ ਟੀ ਵੀ ਬਹੁਤ ਅੱਛੀ ਹੈ। ਤਾਂ ਬਹੁਤ ਸਾਰੀ ਚੀਜ਼ਾਂ ਮਤਲਬ ਡਾਇਟ ਦੇ ਵਿੱਚ ਮੈਂ ਆਪਣੇ ਵੱਲ ਬੈਲੈਂਸ ਡਾਇਟ ਖਾਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਕੁਛ ਇੰਨਾ ਜ਼ਿਆਦਾ, ਔਰ ਜਿੱਦਾਂ ਕਿ ਕੁਛ ਲੋਕ ਮੇਰੀ ਪੋਸਟ ਦੇਖਦੇ ਕਿ ਉਹ ਕਹਿੰਦੇ ਹੋਣਗੇ ਕਿ ਮੈਮ ਬੜਾ ਮਤਲਬ ਕੁਛ ਬਣਾ ਕੇ ਖਾਂਦੇ ਨੇ ਅੱਜ ਕੱਲ੍ਹ। ਪਹਿਲਾਂ ਸਟਾਰਟਿੰਗ ਦੇ ਵਿੱਚ ਅਸੀਂ ਜਦੋਂ ਲੋਕਡਾਊਨ ਸ਼ੁਰੂ ਹੋਇਆ ਸੀਗਾ ਤਾਂ ਬਹੁਤ ਜ਼ਿਆਦਾ ਚੀਜ਼ਾਂ ਬਣਾਉਣੀਆਂ ਸ਼ੁਰੂ ਕਰਤੀ ਸੀ, ਹਰ 2 ਦਿਨ ਦੇ ਗੈਪ 'ਚ 1 ਦਿਨ ਦੇ ਗੈਪ 'ਚ ਕੁਛ ਨਾ ਕੁਛ ਨਵਾਂ ਬਣਾਉਣਾ। ਪਰ ਹੁਣ ਲਾਈਕ ਮੈਂ ਲਾਸਟ ਲਾਈਵ 'ਚ ਵੀ ਕਿਹਾ ਸੀਗਾ ਕਿ ਮੈਂ ਸਾਰਿਆਂ ਨੂੰ ਰਿਕਮੈਂਡ ਕਰ ਰਹੀ ਹਾਂ ਕਿ ਰੂਟੀਨ ਰੱਖੋ ਕਿ ਵੀਕ ਦੇ ਵਿੱਚ 1 ਵਾਰ ਮੈਂ ਸਾਰਿਆਂ ਦੇ ਸਵਾਲਾਂ ਦੇ ਜਵਾਬ ਲਾਸਟ ਵਿੱਚ ਜ਼ਰੂਰ ਦਊਂਗੀ। ਅਤੇ ਮਤਲਬ ਇੰਨਾ ਜ਼ਿਆਦਾ ਹੈਵੀ ਨਾ ਖਾਓ ਕਿ ਤੁਹਾਨੂੰ ਨੁਕਸਾਨ ਹੋਵੇ ਬਾਅਦ ਵਿੱਚ ਉਹਦਾ, ਸੋ ਰੂਟੀਨ ਵਿੱਚ ਨਾ ਖਾਓ, ਲਾਈਟ ਫੂਡ ਖਾਓ, ਕਿਉਂਕਿ ਵੈਸੇ ਵੀ ਸਮਰ ਸਟਾਰਟ ਹੋ ਰਹੇ ਨੇ ਤਾਂ ਬਾਡੀ ਨੂੰ ਮਤਲਬ ਬਹੁਤ ਜ਼ਿਆਦਾ ਹੈਵੀ ਕਰਕੇ ਕੁਛ ਵੀ ਮਤਲਬ ਪ੍ਰੋਬਲਮਸ ਕ੍ਰੀਏਟ ਹੋ ਸਕਦੀਆਂ। ਅਤੇ ਬਾਕੀ ਤੁਸੀਂ ਡੀਟੋਕਸ ਵਾਟਰ ਸਾਰੇ ਜਣੇ ਕੋਸ਼ਿਸ਼ ਕਰੋ ਕਿ 1 ਮੰਥ ਦੇ ਵਿੱਚ 1 ਵੀਕ ਜ਼ਰੂਰ ਤੁਸੀਂ ਡੀਟੋਕਸ ਵਾਟਰ ਟਰਾਈ ਕਰਿਆ ਕਰੋ, ਕਿਉਂਕਿ ਉਹਦੇ ਨਾਲ ਤੁਹਾਡੇ ਬਾਡੀ ਦੀ ਡੀਟੋਕਸੀਫਿਕੇਸ਼ਨ ਡੀਟੋਕਸ ਵਾਟਰ ਵੀ ਪੀਂਦੀ ਹਾਂ ਮੈਂ, ਫੂਡ ਪੈਚਸ ਵੀ ਯੂਜ਼ ਕਰਦੀ ਹਾਂ, ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਤੁਸੀਂ ਇਮਿਊਨਿਟੀ ਬੂਸਟ ਲਈ ਵਿਟਾਮਿਨ ਸੀ ਵਾਲੇ ਸਪਲੀਮੈਂਟਸ ਲੈ ਸਕਦੇ ਹੋ, ਲੈਮਨ ਵਾਟਰ ਪੀ ਸਕਦੇ ਹੋ। ਅਤੇ ਬਾਕੀ ਨੈਕਸਟ ਜੋ ਮੈਂ ਆਪਣਾ ਇੱਕ ਟੋਪਿਕ ਡਿਸਕਸ ਕਰਨਾ ਚਾਹੁੰਦੀ ਹਾਂ, ਹਾਂ ਅੱਜ ਵੈਸੇ ਟੋਪਿਕ ਦੇਖੋ, ਅਸੀਂ ਮਿਸਿਸ ਪੰਜਾਬ ਦੀ ਬ੍ਰਾਂਡਿੰਗ ਵੀ ਕਿੰਨੀ ਅੱਛੀ ਕਰਦੇ ਹਾਂ ਕਿ ਅੱਜ ਮੈਂ ਜਿਹੜੇ ਕੱਪ 'ਚ ਮੈਂ ਆਪਣੀ ਗ੍ਰੀਨ ਟੀ ਪੀ ਰਹੀ ਹਾਂ, ਮਿਸਿਸ ਪੰਜਾਬ ਦਾ ਹੀ ਕੱਪ ਹੈ, ਜਿਹੜੀ ਮੈਂ ਟੀ ਸ਼ਰਟ ਪਾਈ ਹੋਈ ਹੈ ਮਿਸਿਸ ਪੰਜਾਬ ਦੀ ਪਾਈ ਹੋਈ ਹੈ। ਸੋ ਮਿਸਿਸ ਪੰਜਾਬ ਨੇ ਇੰਨਾ ਕੁਛ ਦਿੱਤਾ ਮੈਨੂੰ ਮੇਰੀ ਲਾਈਫ ਦੇ ਵਿੱਚ, ਤਾਂ ਇਹ ਮੇਰੀ ਇੱਕ ਤਰ੍ਹਾਂ ਦਾ ਮਿਸਿਸ ਪੰਜਾਬ ਨੂੰ ਕਹਿ ਲਓ ਤੁਸੀਂ ਕਿ ਮੇਰੀ ਡੈਡੀਕੇਸ਼ਨ ਹੈ ਕਿ ਮੈਨੂੰ, ਮੈਂ ਸੋਚਿਆ ਕਿ ਅੱਜ ਮੈਂ ਲਾਈਫ ਦੇ ਵਿੱਚ ਕੁਛ ਹੋਰ ਨਹੀਂ ਡਰੈਸ ਪਾਉਣੀ, ਮੈਂ ਮਿਸਿਸ ਪੰਜਾਬ ਦੀ ਹੀ ਟੀ ਸ਼ਰਟ ਪਾਉਣੀ ਹੈ। ਅਤੇ ਇਸ ਕਰਕੇ ਮੈਂ ਸਪੈਸ਼ਲੀ, ਮੈਨੂੰ ਆਏ ਸੀਗਾ ਕਿ ਮੈਂ ਟੀ ਵੀ ਪੀਊਂਗੀ ਤਾਂ ਮਿਸਿਸ ਪੰਜਾਬ ਦਾ ਕੱਪ ਹੀ ਰੱਖੂੰਗੀ ਕੋਲ, ਅਤੇ ਉਹੀ ਦਿਖਾਊਂਗੀ ਕਿ ਦੇਖੋ ਕਿ ਮਿਸਿਸ, ਸੱਚੀ ਮਿਸਿਸ ਪੰਜਾਬ ਦੀ ਵਜ੍ਹਾ ਨਾਲ ਲਾਈਫ 'ਚ ਬਹੁਤ ਸਾਰੇ ਚੇਂਜਿਸ ਨੇ, ਅਤੇ ਇਹ ਸਾਰੀਆਂ ਚੀਜ਼ਾਂ ਦਿਲੋਂ ਨੇ, ਮਤਲਬ ਦਿਖਾਵਾ ਨਹੀਂ ਹੈ, ਇਹ ਸਭ ਕੁਝ ਜੋ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ ਜਾਂ ਕਹਿ ਰਹੀ ਹਾਂ ਇਹ ਸਭ ਦਿਲੋਂ ਹੈ, ਦਿਖਾਵਾ ਨਹੀਂ ਹੈ। ਅਤੇ ਅੱਜ ਇੱਕ ਟੋਪਿਕ ਹੋਰ ਮੈਂ ਇੱਥੇ ਗੱਲ ਕਰਨਾ ਚਾਹੂੰਗੀ ਕਿ ਬਹੁਤ ਹੀ ਕੋਮਨ ਟੋਪਿਕ ਹੈ, ਤੁਸੀਂ ਵੀ ਸਾਰੇ ਜਣੇ ਸ਼ਾਇਦ ਆਪਣੇ ਨਾਲ ਰਿਲੇਟ ਕਰ ਪਾਓਗੇ, ਕਿ ਜਿੱਦਾਂ ਕਿ ਅੱਜ ਅਸੀਂ ਸੋਸ਼ਲ ਮੀਡੀਆ 'ਤੇ ਕੁੜੀਆਂ ਹੈ, ਗਰਲਸ ਨੇ, ਅਨਮੈਰਿਡ ਗਰਲਸ ਨੇ ਜਾਂ ਮੈਰਿਡ ਗਰਲਸ ਵੀ ਨੇ, ਹੈ ਨਾ, ਅਸੀਂ ਸਾਰੇ ਜਣੇ ਆਪਣਾ ਸੋਸ਼ਲ ਅਕਾਊਂਟ ਬਣਾਇਆ ਹੋਇਆ, ਅਤੇ ਇੱਕ ਕੋਮਨ ਪ੍ਰੋਬਲਮ ਸਾਰਿਆਂ ਨੂੰ ਹੋਏਗੀ, ਮੇ ਬੀ ਕਈ ਲੋਕ ਡਿਸਕਸ ਕਰਦੇ ਨੇ ਕਿਸੇ ਨਾਲ, ਕਈ ਲੋਕ ਨਾ ਡਿਸਕਸ ਕਰਦੇ ਹੋਣ। ਕੋਮਨ ਪ੍ਰੋਬਲਮ ਕੀ ਹੈ ਕਿ ਬਹੁਤ ਸਾਰੇ ਲੋਕਾਂ ਦੇ ਅਨਨੈਸੈਸਰੀ ਮੈਸੇਜਿਸ ਆਉਣੇ, ਤੁਸੀਂ ਸਾਰੇ ਜਣੇ ਮੇਰੇ ਨਾਲ ਐਗਰੀ ਕਰੋਗੇ ਕਿ ਮੋਸਟਲੀ ਕੀ ਹੁੰਦਾ ਕਿ ਮੁੰਡਿਆਂ ਵੱਲੋਂ ਕੁੜੀਆਂ ਨੂੰ ਉਹਨਾਂ ਦੇ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਗਲਤ ਮਲਤ ਕੁਛ ਵੀ ਲਿਖ ਕੇ ਭੇਜ ਦੇਣਾ, ਮਤਲਬ ਉਹਨਾਂ ਨੂੰ ਕੰਪਲੀਮੈਂਟ ਥੋੜ੍ਹਾ ਵਲਗੈਰਿਟੀ ਤਰੀਕੇ ਨਾਲ ਦੇਣਾ, ਜੇ ਤੁਹਾਨੂੰ ਕੋਈ ਬੰਦਾ ਸੋਹਣਾ ਲੱਗ ਰਿਹਾ ਤਾਂ ਤੁਸੀਂ ਉਹਦੀ ਤਾਰੀਫ ਲਈ ਬਹੁਤ ਇੱਕ ਰਿਸਪੈਕਟ ਵਾਲੇ ਸ਼ਬਦ ਵੀ ਦੁਨੀਆ ਦੇ ਵਿੱਚ ਹੈਗੇ ਨੇ, ਤੁਸੀਂ ਕਿਸੇ ਨੂੰ ਰਿਸਪੈਕਟ ਦੇ ਨਾਲ ਵੀ ਉਹਦੀ ਪ੍ਰੇਜ਼ ਕਰ ਸਕਦੇ ਹੋ, ਹੈ ਨਾ। ਬਟ ਅੱਜ ਕੱਲ੍ਹ ਦਾ ਜਿਹੜਾ ਯੂਥ, ਮੈਂ ਯੂਥ ਦੀ ਗੱਲ ਨਹੀਂ ਕਰੂੰਗੀ, ਵੈਸੇ ਸਾਰੀ ਕੈਟੇਗਰੀ ਦੇ ਲੋਕ ਇੱਕੋ ਜਿਹੇ, ਮਤਲਬ ਕੁਛ ਇਸ ਤਰ੍ਹਾਂ ਦੀ ਮੈਂਟੈਲਿਟੀ ਵਾਲੇ ਲੋਕ ਹੈ ਨੇ ਕਿ ਕੁੜੀਆਂ ਨੂੰ ਗਲਤ ਮਲਤ ਮੈਸੇਜ ਕਰੀ ਜਾਣਗੇ, ਕੁਛ ਕੁਛ ਮਤਲਬ ਕੁਛ ਵੀ ਤਰ੍ਹਾਂ ਦੇ ਸਮਝ ਲਓ ਕਿ ਗਲਤ ਤਰੀਕੇ ਨਾਲ ਅਪਰੋਚ ਕਰਨ ਦਾ ਜਾਂ ਮੈਸੇਜ ਕਰਨੇ ਜਾਂ ਕੁਛ ਵੀ, ਕਈ ਵਾਰ ਕੁਛ ਲੋਕ ਕਈਆਂ ਨੂੰ ਬਲੈਕਮੇਲ ਕਰਦੇ ਨੇ ਕੁਛ ਗਲਤ ਮੈਸੇਜ ਭੇਜ ਕੇ, ਜਾਂ ਮਤਲਬ ਬਹੁਤ ਸਾਰੀ ਐਕਟੀਵਿਟੀਜ਼ ਇੱਦਾਂ ਦੀਆਂ ਨੇ ਜਿਹਦੇ ਵਿੱਚ ਕਈ ਕੁੜੀਆਂ ਡਰ ਜਾਂਦੀਆਂ, ਉਹ ਡਰ ਕੇ ਆਪਣੇ ਪੇਰੈਂਟਸ ਨੂੰ ਵੀ ਨਹੀਂ ਦੱਸਦੀਆਂ, ਕਿਉਂਕਿ ਸਾਡਾ ਸਮਾਜ ਇੱਦਾਂ ਦਾ ਕਿ ਜੇ ਇੱਥੇ ਕਦੀ ਵੀ ਕੋਈ ਇੱਦਾਂ ਦੀ ਗੱਲ ਹੁੰਦੀ ਹੈ, ਜੇ ਕੋਈ ਕੁੜੀ ਨੇ ਕਿਸੇ ਦੀ ਕੰਪਲੇਨ ਕੀਤੀ ਵੀ ਨਾ, ਤਾਂ ਮਾਂ ਬਾਪ ਆਪਣੇ ਬੱਚੇ ਦਾ ਸਾਥ ਮਤਲਬ ਇੱਦਾਂ ਕਹਿੰਦੇ ਨੇ, ਆਪਣੇ ਬੱਚੇ ਨੂੰ ਹੀ ਕਹਿ ਦਿੰਦੇ ਤੇਰੀ ਗਲਤੀ ਹੈ, ਤੈਨੂੰ ਕੀ ਲੋੜ ਹੈ, ਤੂੰ ਫੇਸਬੁੱਕ ਨਾ ਚਲਾ, ਤੂੰ ਇੰਸਟਾਗ੍ਰਾਮ ਨਾ ਚਲਾ, ਤੈਨੂੰ ਕੀ ਲੋੜ ਹੈ, ਅੱਜ ਹੀ ਡਿਲੀਟ ਕਰ ਇਸ ਐਪ ਨੂੰ, ਤੂੰ ਨਹੀਂ ਚਲਾਉਣਾ,
मतलब कि इत्थे सानू सारिआं नूं ही बहुत ज़्यादा अवेयर होण दी जरूरत है। पहला तां जिहड़े ओह मुंडे आ जिहड़े ओह मतलब जेंट्स जिहड़े भी ने उहनां दे लई मेरा एक मैसेज है कि जदों भी तुसीं किसे नूं इस तरह दा मैसेज करन लगदे हो, एक बारी तुसीं अपने घर विच जिन्हां दे कोल बैठ के मैसेज करदे हो या ओबवियसली सारे दिन दे विच तुसीं अपने घर दी किसे ना किसे लेडी नूं मिलदे जरूर होवोगे, चाहे ओह तुहाडी बेटी है, चाहे ओह तुहाडी वाइफ है, चाहे ओह तुहाडी सिस्टर है, तुहाडे फैमिली दे विच हर एक दे लेडीज़ हुंदियां ने, इदां नहीं है कि किसे भी बंदे दी फैमिली विच एक भी लेडी ना होए। तो जदों तुसीं किसे नूं मैसेज करन लगदे हो, एक बार तुसीं अपने घर दी लेडी दा फेस अपने सामने लै के आओ कि सेम मैसेज जो तुसीं किसे दे कुड़ी नूं या किसी दी मे बी नूह नूं या किसी दी भैन नूं है जो किसी दी वाइफ नूं तुसीं मैसेज कर रहे हो, सेम मैसेज जो तुहाडे घर दी लेडी नूं कोई मैसेज करे तो तुहानूं किदां दा लगेगा? तुसीं अपनी आप फीलिंग सोच के देखो कि इदां दे बहुत सारे केसिस ने कि जिहड़े सामने नहीं आंदे, जिहड़े बाहर नहीं आंदे, कि कुड़ियां नूं बहुत लोकां वल्लों ब्लैकमेल किया जाता है कि कुछ भी अननसैसरी मैसेजेस भेज के, अननसैसरी चीज़ां भेज के, फोटोज़ भेज के, पर कुड़ियां उत्थे की करदियां, दब जांदियां, जां तां कुछ उहनां दी गल्लां विच आ जांदियां, जां फिर की करदियां कि अपने पेरेंट्स नूं नहीं दसदियां, उस वेले अपने अकाउंट्स वगैरह सारा कुछ बंद कर दिंदियां। तां पहला मैसेज मेरा उहनां बंदियां नूं है कि अपने आप नूं सुधारो, क्योंकि जे तुहानूं लगदा कि तुहानूं कोई नहीं देख रहा, सब तो पहली गल तो अज के टाइम पर साइबर क्राइम के विच कंप्लेन हो जाती है, तो तुहाडी कंप्लेन कभी भी कोई भी कर सकता है। सो सोशल मीडिया के उत्ते किसी नूं भी कुछ भी मैसेज करन तो पहला 100 बार सोचो। फेक आई डीज़ बनाने वाले भी फड़े जाते हैं, ये नहीं है कि तुसीं एंजल प्रिया के नाम से आई डी बना के मैसेज कर रहे हो किसी नूं, या फिर कोई भी किसी भी नाम तो एक्स वाई जैड के नाम तो आई डी बना के तुहानूं लगता कि तुसीं बच जाओगे किसी होर के नाम के पिछे अपने आप नूं लगा के, इदा का कुछ भी नहीं है। अजकल बहुत ज़्यादा टेक्नोलॉजी फास्ट हो चुकी है, तुसी भावें किसी अंकल दे नाम तो आईडी बना लो, तो तुसी कोई लाइक लड़का ही हो तो तुसी इदा दे मैसेजेस कर रहे हो, तो तुसी जेड़े भी फोन तो आईडी चला रहे हो तो 2 सेकेंड्स का काम है वो बंदे नूं पता करवाना। सो अपने आप नूं बेइज्जत कराने तो बचाने लई अपनी फैमिली दी इज्जत हाँ एंजल प्रिया में ता करके क्या, क्योंकि बहुत सारी जगह दे डायलॉग आता रहता कि मुंडिया ने आइडिया बनाईया होंदिया एंजल प्रिया दे नाम ते। सो मतलब अपने आप नूं इन्हां चीज़ां नूं करन तो रोको, तुहानूं इह लगदा तुहानूं कोई नहीं देख रहा, बट जिस दिन तुहाडी किसी ने कंप्लेन कर दिती उस दिन तुहाडा बहुत ज़्यादा बुरा हाल होवेगा, दूसरा उपर वाला तो सारा नूं ही देखदा है। तुसी जिद्दां दा भी कर्म करोगे वो थोड़े कोल कदी ना कदी वापस किसी ना किसी रूप के जरिए जरूर आएगा। सो मतलब मैनू नहीं लगता कि तुसी कोई भी तरह की सिर्फ आही नहीं मैं कह रही, किसी भी तरह तुसी कोई बुरा कर्म करते हो, किसी नाल कुछ बुरा करते हो, तो मैनू नहीं लगता कि तुसी बच सकते हो, क्योंकि कितने ना कितने तो रब हर चीज़ का हिसाब वो बैलेंस करके रखता हर गल नूं। सो जिस तरह तुसी चाहते हो कि तुहाडे घर दीआं धीआं दा नूआं दा लोग सत्कार करन, उन्हां दी रिस्पैक्ट करन, उदां ही तुहानूं भी दूजिआं दीआं धीआं भैणां दी रिस्पैक्ट करनी चाहिए। अननसैसरी फालतू मैं देखदी हाँ कई बार, ईवन मेरे पेज पर कई बार मैं देखदी हाँ कि फोटो बहुत बजुर्ग अंकल होणगे, उस जैनुअन आई डी होएगी चाहे, पर कमेंट इदा का होएगा कि मतलब मैनू शर्म आ जाती पढ़ते हुए कि अंकल ने मैसेज किया लाइक इदा का, मतलब देखन च अंकल लग रहे हैं और मैं उन्हां दी बेटी के बराबर हाँ। तो मतलब सोचो थोड़ा जा कि तुहाडे अपने बच्चे इदा दी चीज़ां पढ़नगे तो उन्हां नूं किदां दा महसूस होएगा कि साढ़े फादर की कर रहे हैं, जा मतलब कुछ भी है, तुसी अपनी सैल्फ रिस्पैक्ट गवा रहे हो। सो कई बार मेरा मन करता है कि मैं उत्थे रिप्लाई करके कह दा कि अंकल जी, मतलब फिर मैं सोचती हूँ कि चलो, कई बार तो मैं कर भी दिनी हूँ, कई बार मैं पर्सनली क्लास लगा दिनी हूँ, अज ही मैं अपने इंस्टाग्राम पेज पर किसी की क्लास लगाई है, जेडे मैं इंस्टाग्राम पर फॉलो करते हैं उन्होंने सारा पता है कि किस तरह क्लास लगी है। सो बर्दाश्त करना भी एक तरह का मतलब गलत चीज़ है, गलत चीज़ नूं कभी बर्दाश्त ना करो, चाहे वो तुहाडे नाल कोई भी कर रहा है, तुहाडी फैमिली विच्चों ही कोई कर रहा है, कोई बाहरों कर रहा है, किसी तरह का भी गलत चीज़ बर्दाश्त अगर तुसी करोगे तो तुसी भी उन्ने ही गुनहगार हो। तो इस गल दे लई मेरा मैसेज कुड़ियां नूं ये है कि जे तुहाडे नाल कभी भी कोई इदा दी चीज़ हुंदी है तो डरना नहीं है, अपने पेरेंट्स नूं दसो, उन्हां नूं समझाओ, तो अजकल तुसी उस वेले पुलिस कंप्लेन कर सकते हो और साइबर क्राइम दे विच इसकी पूरी प्रॉपर तुसी कंप्लेन करोगे दैन उस तो बाद एक्शन लिया जाता है, फेसबुक दे नाल कॉन्टैक्ट करके उस जिस नंबर तुसी बस तुसी स्क्रीनशॉट्स लेने हैं जदों तुहानूं कोई इदा दा मैसेज करदा, स्क्रीनशॉट्स लैके रखो, बाकी काम साइबर क्राइम वालिआं दा है, बाकी काम फेसबुक आप करेगी, रिपोर्ट भेजेगी किहड़े नंबर तो चल रहा वो नंबर, किहड़ी नंबर तो आई डी चल रही है, वह बंदा कौन है, वह एड्रैस, वह नाम, वह फादरस नेम सब कुछ आ जाएगा तुहाडे कोल,
ਦੈਨ ਉਸ ਤੋਂ ਬਾਅਦ ਪੁਲਿਸ ਐਕਸ਼ਨ ਲੈ ਸਕਦੀ ਹੈ। ਸੋ ਡਰਨਾ ਨਹੀਂ ਹੈ ਇੱਦਾਂ ਦੀਆਂ ਚੀਜ਼ਾਂ ਤੋਂ, ਕਿਉਂਕਿ ਜੇ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ ਤਾਂ ਕੁਛ ਲੋਕ ਉਹਦਾ ਚੰਗਾ ਫਾਇਦਾ ਚੁੱਕ ਰਹੇ ਨੇ, ਕੁਛ ਲੋਕ ਨਜਾਇਜ਼ ਫਾਇਦਾ ਚੁੱਕ ਰਹੇ ਨੇ, ਪਰ ਨਜਾਇਜ਼ ਫਾਇਦਾ ਚੁੱਕਣ ਵਾਲਿਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਸੋ ਇਹ ਮੇਰੇ ਵੱਲੋਂ ਇੱਕ ਸਾਰਿਆਂ ਨੂੰ ਇੱਕ ਆਈਡੀਆ ਸੀਗਾ, ਸੁਜੈਸ਼ਨ ਸੀਗਾ ਕਿ ਡਰਨਾ ਨਹੀਂ ਹੈ ਕਿਸੇ ਵੀ ਚੀਜ਼ ਦਾ, ਤੁਹਾਨੂੰ ਡਰਨ ਦੀ ਲੋੜ ਨਹੀਂ ਜੇ ਤੁਸੀਂ ਸਹੀ ਹੋ ਨਾ ਆਪਣੀ ਜਗ੍ਹਾ 'ਤੇ, ਅਤੇ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਜੇ ਤੁਸੀਂ ਆਪ ਸਹੀ ਹੋ ਤਾਂ ਅਸੀਂ ਡਰਨਾ ਕਿਉਂ ਹੈ, ਜੇ ਅਸੀਂ ਕੁਛ ਗਲਤ ਕੀਤਾ ਹੀ ਨਹੀਂ ਹੈ ਤਾਂ ਫਿਰ ਅਸੀਂ ਕਿਉਂ ਡਰੀਏ। ਸੋ ਇੱਦਾਂ ਦੇ ਲੋਕਾਂ ਤੋਂ ਬਚਣ ਦੇ ਲਈ ਤੁਹਾਨੂੰ ਮੈਂ ਆਈਡੀਆ ਦਿੱਤਾ ਕਿ ਤੁਸੀਂ ਇੱਦਾਂ ਕਰਨਾ। ਬਾਕੀ ਕੁਛ ਲੋਕਾਂ ਦਾ ਮੈਸੇਜ ਆ ਰਿਹਾ ਸੀਗਾ, ਮੈਂ ਹੁਣ ਕੁਐਸਚਨ ਆਨਸਰਸ 'ਤੇ ਵੀ ਆਊਂਗੀ, ਮੈਸੇਜ ਆ ਰਿਹਾ ਸੀਗਾ ਕਿ ਮੇਰੀ ਸਕਿੰਨ ਇੰਨੀ ਗਲੋਇੰਗ ਕਿੱਦਾਂ। ਗਲੋਇੰਗ ਵੈਸੇ ਤਾਂ ਇਸ ਵੇਲੇ 'ਤੇ ਥੋੜ੍ਹਾ ਬਹੁਤ ਮੇਕਅਪ ਕੀਤਾ ਹੋਇਆ, ਬਟ ਸਟਿਲ ਗਲੋਇੰਗ ਤਾਂ ਹੈਗੀ ਹੈ, ਮੈਂ ਇਸ ਗੱਲ ਨੂੰ ਮੰਨਦੀ ਹਾਂ। ਅਤੇ ਮੈਂ ਵੈਸਟੀਜ਼ ਦੇ ਪ੍ਰੋਡਕਟ, ਸਾਰੇ ਜਣੇ ਕਹਿਣਗੇ ਵੈਸਟੀਜ਼ ਦੀ ਪ੍ਰਮੋਸ਼ਨ ਕਰ ਰਹੇ ਹੈ, ਬਟ ਓਬਵੀਅਸਲੀ ਮੈਂ ਵੈਸਟੀਜ਼ ਦੇ ਪ੍ਰੋਡਕਟਸ ਯੂਜ਼ ਕਰ ਰਹੀ ਹਾਂ ਇਸ ਟਾਈਮ ਦੇ ਉੱਤੇ। ਸਾਰੇ ਮੇਰੇ ਸਕਿੰਨ ਦੇ ਜਿੰਨੇ ਵੀ ਪ੍ਰੋਡਕਟਸ ਨੇ ਵੈਸਟੀਜ਼ ਦੇ, ਕੁਛ ਸਪਲੀਮੈਂਟਸ ਮੈਂ ਖਾ ਰਹੀ ਹਾਂ, ਥੋੜ੍ਹੇ ਦਿਨ ਪਹਿਲਾਂ ਹੀ ਮੈਂ ਹੇਅਰਸ ਦਾ ਇੱਕ ਰਿਜ਼ਲਟ ਪੋਸਟ ਕੀਤਾ ਸੀਗਾ, ਅਤੇ ਕਿ ਮੇਰੇ ਸੀਰੀਅਸਲੀ ਮੈਂ ਆਪਣੇ ਹੇਅਰਸ ਲਈ ਵੈਸਟੀਜ਼ ਦਾ ਹੇਅਰ ਨੇਲ ਸਕਿੰਨ ਸਪਲੀਮੈਂਟ ਯੂਜ਼ ਕੀਤਾ ਸੀਗਾ, ਅਤੇ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਰਿਹਾ ਮੇਰੇ ਵਾਸਤੇ, ਮੇਰੇ ਹੇਅਰਸ ਦੀ ਗਰੋਥ ਬਹੁਤ ਅੱਛੀ, ਮਤਲਬ ਦੁਬਾਰਾ ਥੋੜ੍ਹਾ ਹੈਵੀ ਟੈਕਸਚਰ ਆ ਗਿਆ। ਅਤੇ ਸਕਿੰਨ ਦੇ ਲਈ ਬਾਕੀ ਜ਼ਿਆਦਾ ਪਾਣੀ ਪੀਓ, ਓਬਵੀਅਸਲੀ ਖੁਸ਼ ਰਹੋ, ਖੁਸ਼ ਰਹੋ, ਖੁਸ਼ ਰੱਖੋ ਸਾਰਿਆਂ ਨੂੰ। ਡੇਲੀ ਆਪਣੇ ਕਦੀ ਵੀ ਮੇਕਅਪ ਅਪਲਾਈ ਕਰਕੇ ਨਾ ਸੋਵੋ, ਹਰ ਰੋਜ਼ ਕਲੀਨਜ਼ਿੰਗ ਟੋਨਰ ਜ਼ਰੂਰ ਕਰੋ, ਮੋਇਸਚਰਾਈਜ਼ਿੰਗ ਜ਼ਰੂਰ ਕਰੋ, ਨਾਈਟ ਕਰੀਮ ਜ਼ਰੂਰ ਲਗਾ ਕੇ ਸੋਵੋ। ਬਾਕੀ ਖੁਸ਼ ਰਹਿਣਾ ਤਾਂ ਸਭ ਤੋਂ ਵੱਡੀ ਚੀਜ਼ ਹੈ, ਖੁਸ਼ ਰਹਿਣਾ ਔਰ ਜ਼ਿਆਦਾ ਪਾਣੀ ਪੀਓ ਇਹਦੇ ਨਾਲ, ਔਰ ਪੋਜ਼ੀਟਿਵ ਸੋਚੋ ਹਮੇਸ਼ਾ, ਕਿਉਂਕਿ ਜੋ ਵੀ ਅਸੀਂ ਲਾਈਫ 'ਚ ਸੋਚਦੇ ਹਾਂ ਹਮੇਸ਼ਾ ਉਹ ਸਾਨੂੰ ਉੱਦਾਂ ਹੀ ਮਿਲਦਾ। ਸੋ ਜੇ ਤੁਸੀਂ, ਤੁਹਾਨੂੰ ਪਤਾ ਕਿ ਜੋ ਸੋਚਾਂਗੇ ਉਹੀ ਮਿਲਣਾ, ਸੋ ਚੰਗਾ ਸੋਚ ਲਓ, ਜੇ ਚੰਗਾ ਸੋਚਾਂਗੇ ਤਾਂ ਚੰਗਾ। ਅੱਛਾ ਨਵਿਆ ਜੀ ਸਾਡੇ ਇਸ ਵਾਰ ਦੇ ਟੋਪ 5 ਵਿਨਰਸ ਦੇ ਵਿੱਚੋਂ ਪੁੱਛ ਰਹੇ ਨੇ, ਮੈਮ ਬਟ ਮੈਮ ਅਫਰੇਡ ਆਫ ਯੂਜ਼ਿੰਗ ਸਪਲੀਮੈਂਟਸ। ਨਵਿਆ, ਜਿਹੜੇ ਸਪਲੀਮੈਂਟਸ ਮੈਂ ਯੂਜ਼ ਕਰ ਰਹੀ ਹਾਂ ਮੈਨੂੰ ਬਾਕੀਆਂ ਦਾ ਨਹੀਂ ਪਤਾ, ਕਿਉਂਕਿ ਮੈਂ ਉਹੀ ਚੀਜ਼ ਪ੍ਰਮੋਟ ਕਰਦੀ ਹਾਂ ਜਿਹੜੀ ਮੈਂ ਖੁਦ ਪਰਸਨਲੀ ਯੂਜ਼ ਕਰ ਰਹੀ ਹਾਂ। ਮੈਂ ਪਿਛਲੇ 6 ਮਹੀਨੇ ਤੋਂ ਸਪਲੀਮੈਂਟਸ ਲੈ ਰਹੀ ਹਾਂ, ਔਰ ਮਤਲਬ ਮੈਨੂੰ ਮੇਰੀ ਸਕਿੰਨ, ਮੇਰੇ ਫੇਸ, ਈਵਨ ਮਤਲਬ ਜਿਹੜੇ ਜਿਹੜੇ ਮੈਂ ਸਪਲੀਮੈਂਟਸ ਜਿਹੜੇ ਜਿਹੜੇ ਕੋਜ਼ ਕਰਕੇ ਲਏ ਨੇ, ਮੈਨੂੰ ਉਹਨਾਂ ਵਿੱਚ ਬਹੁਤ ਰਿਜ਼ਲਟ ਮਿਲੀ ਹੈ। ਆਯੁਰਵੈਦਿਕ ਟ੍ਰੀਟਮੈਂਟ ਹੈ, ਤੁਸੀਂ ਮੈਨੂੰ ਬਾਅਦ ਵਿੱਚ ਕੋਂਟੈਕਟ ਕਰ ਲੈਣਾ ਕਿ ਮੈਂ ਤੁਹਾਨੂੰ ਦੱਸ ਦੂੰਗੀ ਚੰਗੀ ਤਰ੍ਹਾਂ ਡਿਟੇਲਸ ਦੇ ਵਿੱਚ। ਬਾਕੀ ਜੇ ਕੋਈ ਹੋਰ ਕੁਛ ਸਵਾਲ ਪੁੱਛਣਾ ਚਾਹੁੰਦਾ ਤਾਂ ਮੈਂ ਉਹਨਾਂ ਦੇ ਜਵਾਬ ਨਾਲ ਨਾਲ ਦਊਂਗੀ। ਮੈਂ ਕੁਐਸਚਨਸ ਪੜ੍ਹ ਰਹੀ ਹਾਂ ਪਹਿਲੇ ਵਾਲੇ ਥੋੜ੍ਹੇ ਜਿਹੇ। ਹਾਂ, ਮੈਨੂੰ ਕਿਸੇ ਨੇ ਮੈਸੇਜ ਕੀਤਾ, ਯੂ ਹੈਵ ਸੱਚ ਅ ਸਪੋਰਟਿੰਗ ਹਸਬੈਂਡ। ਯੈਸ, ਸੱਚੀ ਵਿੱਚ ਮੇਰੇ ਕੋਲ ਮੇਰੇ ਬਹੁਤ ਸਪੋਰਟ ਕਰਨ ਵਾਲੇ ਹਸਬੈਂਡ ਹੈ, ਮੇਰੀ ਫੈਮਿਲੀ ਹੈ। ਤੁਸੀਂ ਥੈਂਕ ਯੂ ਜਿਨ੍ਹਾਂ ਨੇ ਵੀ ਆਹ ਮੈਸੇਜ ਕੀਤਾ, ਮੈਨੂੰ ਯਾਦ ਕਰਾ ਦਿੱਤਾ। ਮੈਂ ਇਹ ਪਾਰਟ ਭੁੱਲ ਜਾਂਦੀ ਸ਼ਾਇਦ ਵਿੱਚ, ਇਹ ਬਹੁਤ ਜ਼ਿਆਦਾ। ਹਾਂ, ਹਰਪ੍ਰੀਤ ਮੈਮ ਕਹਿ ਰਹੇ ਨੇ ਕਿ ਆਮ ਆਲਸੋ ਯੂਜ਼ਿੰਗ ਦੀ ਸਪਲੀਮੈਂਟਸ, ਅਤੇ ਮਤਲਬ ਸੱਚੀ ਵਿੱਚ ਹੈ ਕਿ ਮੈਂ ਬਹੁਤ ਲੱਕੀ ਹਾਂ ਇਸ ਮਾਮਲੇ ਦੇ ਵਿੱਚ, ਕਿ ਕਈਆਂ ਨੂੰ ਘਰੋਂ ਸਪੋਰਟ ਨਹੀਂ ਮਿਲਦੀ ਆਪਣਾ ਟੈਲੈਂਟ ਦਿਖਾਉਣ ਲਈ, ਸਪੈਸ਼ਲੀ ਆਫਟਰ ਮੈਰਿਜ। ਮੈਂ ਵਿਆਹ ਤੋਂ ਪਹਿਲਾਂ ਵੀ ਬਹੁਤ ਲੱਕੀ ਰਹੀ ਹਾਂ, ਕਿਉਂਕਿ ਮੇਰੇ ਪਾਪਾ ਨੇ ਮੈਨੂੰ ਸਪੋਰਟ ਕੀਤਾ ਸੀਗਾ, ਅਤੇ ਤਾਂ ਹੀ ਮੈਂ ਕੁਛ ਚੀਜ਼ਾਂ ਵਿਆਹ ਤੋਂ ਪਹਿਲਾਂ ਕਰ ਪਾਈ। ਮੈਂ ਹਾਲਾਂਕਿ ਮੈਂ ਪਿੰਡ ਵਿੱਚ ਰਹਿੰਦੀ ਸੀ, ਪਿੰਡਾਂ ਦੇ ਵਿੱਚ ਲੋਕ ਆਪਣੀ ਕੁੜੀਆਂ ਨੂੰ ਕਈ ਵਾਰ ਸ਼ਹਿਰ ਕਾਲਜ ਪੜ੍ਹਨ ਵੀ ਨਹੀਂ ਭੇਜਦੇ, ਪਰ ਮੇਰੇ ਪਾਪਾ ਨੇ ਮੇਰੇ ਨਾਲ, ਮਤਲਬ ਮੈਂ ਜੋ ਜੋ ਉਹਨਾਂ ਨੂੰ ਕਿਹਾ, ਮੈਂ ਆਡੀਸ਼ਨਸ ਦੇਣੇ ਆ, ਉਹਨਾਂ ਨੇ ਮੇਰੇ ਨਾਲ। ਹਾਂਜੀ, ਮੈਂ ਦੋ ਜਗ੍ਹਾ ਤੋਂ ਲਾਈਵ ਹਾਂ, ਮੈਂ ਫੇਸਬੁੱਕ ਤੋਂ ਵੀ ਲਾਈਵ ਹਾਂ, ਮੈਂ ਮਿਸਿਸ ਪੰਜਾਬ ਦੇ ਇੰਸਟਾਗ੍ਰਾਮ ਪੇਜ ਤੋਂ ਲਾਈਵ ਹਾਂ, ਮੈਂ ਆਪਣੇ ਪਰਸਨਲ ਇੰਸਟਾਗ੍ਰਾਮ ਪੇਜ ਤੋਂ ਵੀ ਲਾਈਵ ਹਾਂ। ਅਤੇ ਗੱਲ ਕਰ ਰਹੀ ਸੀ ਮੈਂ ਕਿ ਮੇਰੇ ਪਾਪਾ ਨੇ ਸੱਚੀ ਵਿੱਚ, ਅੱਜ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਹੈ, ਬਟ ਸਟਿਲ ਮੈਂ ਜੋ ਕੁਛ ਵੀ ਕਰ ਰਹੀ ਹਾਂ ਅਤੇ ਉਹ ਜਿੱਥੇ ਵੀ ਹੋਣਗੇ, ਜਦੋਂ ਵੀ ਮੇਰੀ ਲਾਈਫ 'ਚ ਕੋਈ ਅਚੀਵਮੈਂਟ ਆਉਂਦੀ ਹੈ, ਮੈਂ ਕੁਛ ਚੰਗਾ ਕਰਦੀ ਹਾਂ, ਤਾਂ ਡੈਫੀਨੇਟਲੀ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੋਏਗੀ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਮੇਰੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ। ਕਿਉਂਕਿ ਸਟਾਰਟਿੰਗ ਵਾਲੇ ਸਟੈਪਸ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਮੈਂ ਲੈ ਪਾਈ ਸੀ, ਹਾਲਾਂਕਿ ਆਲੇ ਦੁਆਲੇ ਵੱਲੋਂ ਇੰਨਾ ਜ਼ਿਆਦਾ ਸਪੋਰਟ ਨਹੀਂ ਸੀਗਾ, ਬਟ ਮੇਰੇ ਪੇਰੈਂਟਸ ਨੇ ਮੇਰਾ ਹਮੇਸ਼ਾ ਸਪੋਰਟ ਦਿੱਤਾ, ਹਮੇਸ਼ਾ ਮੇਰੇ ਨਾਲ ਖੜੇ ਨੇ। ਅਤੇ ਆਫਟਰ ਮੈਰਿਜ ਮੈਨੂੰ ਪਰਿਵਾਰ ਵੀ ਉੱਦਾਂ ਦਾ ਹੀ ਮਿਲਿਆ, ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ, ਮੇਰੇ ਹਸਬੈਂਡ, ਮੇਰੇ ਮਦਰ ਇਨ ਲਾਅ, ਉਹਨਾਂ ਨੇ ਬਹੁਤ ਜ਼ਿਆਦਾ, ਈਵਨ ਮੇਰੇ ਬ੍ਰਦਰ ਇਨ ਲਾਅ ਉਹ ਕੈਨੇਡਾ ਰਹਿੰਦੇ ਨੇ, ਬਟ ਉਹਨਾਂ ਦਾ ਵੀ ਇੱਕ ਤਰ੍ਹਾਂ, ਜੇ ਤੁਸੀਂ ਕਹੋ ਕਿ ਫੈਮਿਲੀ ਵਿੱਚ ਸਾਰਿਆਂ ਦਾ ਸਪੋਰਟ ਹੋਵੇ ਤਾਂ ਤੁਸੀਂ ਬਹੁਤ ਅੱਛੀ ਤਰ੍ਹਾਂ ਅੱਗੇ ਵੱਧ ਪਾਉਂਦੇ ਹੋ, ਤੁਸੀਂ ਖੁਸ਼ੀ ਦੇ ਨਾਲ। ਕਿਉਂਕਿ ਦੁਨੀਆ ਦੀ ਕਹਿੰਦੇ ਕਿ ਤੁਸੀਂ ਜਿੰਨਾ ਮਰਜ਼ੀ ਜੋ ਮਰਜ਼ੀ ਕੁਛ ਕਰ ਲਓ, ਪਰ ਜੇ ਤੁਹਾਨੂੰ ਘਰੋਂ ਸਪੋਰਟ ਆ ਨਾ, ਤੁਹਾਨੂੰ ਦੁਨੀਆ ਦੀ ਕੋਈ ਤਾਕਤ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ, ਔਰ ਤੁਹਾਡੇ ਅੰਦਰ ਦਾ ਜਜ਼ਬਾ ਹੈ
ਤਾਂ ਉਹ ਵਧੀਆ ਬਰਕਰਾਰ ਤੁਸੀਂ ਰੱਖਿਆ ਹੋਇਆ, ਮਤਲਬ ਮਜ਼ਬੂਤੀ ਦੇ ਨਾਲ ਤੁਸੀਂ ਅੱਗੇ ਵੱਧ ਰਹੇ ਹੋ, ਤਾਂ ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ। ਤਾਂ ਮੈਂ ਮਿਸਿਸ ਪੰਜਾਬ ਦੀ ਜਰਨੀ ਦੇ ਦੌਰਾਨ ਮੈਂ ਕਿੱਦਾਂ ਭੁੱਲ ਸਕਦੀ ਹਾਂ ਕਿ ਮੰਮਾ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ, ਮਤਲਬ ਮੈਨੂੰ ਪੰਜਾਬੀ ਕਲਚਰ ਦੀ ਜਿੰਨੀ ਵੀ ਨੌਲੇਜ ਹੈ, ਮੇਰੇ ਸਾਰੇ ਇਨ-ਲਾਜ਼ ਦੇ ਵੱਲੋਂ ਮੰਮਾ ਮਾਸੀ ਮਾਮਾ ਜੀ ਸਾਰਿਆਂ ਨੇ ਮਿਲ ਕੇ ਮੈਨੂੰ ਬਹੁਤ ਸਾਰੇ ਕੁਐਸਚਨਸ ਨੋਟ ਡਾਊਨ ਕਰਾਉਣੇ। ਹਰ ਰੋਜ਼ ਉਹਨਾਂ ਨੂੰ ਕੋਈ ਯਾਦ ਆ ਜਾਣਾ, ਉਹਨਾਂ ਨੇ ਮੈਨੂੰ ਫੋਨ ਕਰਕੇ ਲਿਖਵਾਉਣਾ ਕਿ ਆਹ ਬੋਲੀ ਲਿਖ ਲੈ, ਆਹ ਗੀਤ ਲਿਖ ਲੈ, ਆਹ ਲੋਕ ਗੀਤ ਹੈ, ਇੱਦਾਂ ਹੈ ਇੱਦਾਂ ਹੈ। ਪੰਜਾਬੀ ਕਲਚਰ ਦੀ ਟੋਟਲੀ ਅੱਜ ਵੀ ਉਹ ਕਾਪੀ ਮੈਂ ਸੰਭਾਲ ਕੇ ਰੱਖੀ ਹੋਈ ਕਿ ਹਰ ਵਾਰ ਜਦੋਂ ਸੀਜ਼ਨ ਆਉਂਦਾ ਨਾ ਮੈਂ ਉਸ ਕਾਪੀ ਨੂੰ ਜ਼ਰੂਰ ਮੈਂ ਲਿਖਦੀ ਆ ਜਾਂ ਨਵੀਆਂ ਚੀਜ਼ਾਂ ਜਦੋਂ ਮੈਨੂੰ ਪਤਾ ਲੱਗਦੀਆਂ। ਜਿੱਦਾਂ ਸਕੂਲ ਵਾਲੇ ਬੱਚੇ ਨੋਟਬੁੱਕ ਲਗਾਉਂਦੇ ਨੇ, ਮੈਂ ਉੱਦਾਂ ਹੀ ਪੰਜਾਬੀ ਕਲਚਰ ਦੀ ਆਪਣੀ ਇੱਕ ਨੋਟਬੁੱਕ ਲਗਾਈ ਹੋਈ ਹੈ। ਅਤੇ ਮੈਂ ਸੀਰੀਅਸਲੀ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਇੰਨੀ ਸਪੋਰਟਿਵ ਫੈਮਿਲੀ ਮਿਲੀ ਔਰ ਇੰਨੇ ਸਪੋਰਟ ਕਰਨ ਵਾਲੇ ਹਸਬੈਂਡ ਮਿਲੇ ਕਿ ਮੈਂ ਵਿਆਹ ਤੋਂ ਬਾਅਦ ਵੀ ਆਪਣੇ ਸੁਪਨਿਆਂ ਨੂੰ ਮੈਂ ਅੱਜ ਮੈਂ ਮਤਲਬ ਮੇਰੀ ਲਾਈਫ ਮੇਰੀ ਲਾਈਫ ਹੈ। ਅਦਰਵਾਈਜ਼ ਮਤਲਬ ਮੋਸਟਲੀ ਮੈਂ ਕੀ ਦੇਖਦੀ ਹਾਂ ਕਿ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਤਾਂ ਮੋਸਟਲੀ ਇੱਦਾਂ ਕਿਹਾ ਜਾਂਦਾ ਕਿ ਜਿਹੜੀ ਬਸ ਹੁਣ ਉੱਦਾਂ ਹੀ ਹੋਏਗਾ ਕਿ ਜਿੱਦਾਂ ਅਸੀਂ ਸਾਰੇ ਚਾਹਵਾਂਗੇ। ਬਟ ਮੇਰੇ ਕੇਸ ਵਿੱਚ ਥੈਂਕ ਗੋਡ ਕਿ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਮੇਰੀ ਫੈਮਿਲੀ ਵੱਲੋਂ ਪੂਰਾ ਸਪੋਰਟ ਹੈ। ਮੈਨੂੰ ਜੋ ਵੀ ਮੈਂ ਕਰਨਾ ਹੁੰਦਾ ਮੈਂ ਇੱਕ ਵਾਰ ਡਿਸਕਸ ਕਰਦੀ ਹਾਂ ਆਪਣੇ ਹਸਬੈਂਡ ਦੇ ਨਾਲ, ਤਾਂ ਉਹ ਮੈਨੂੰ ਹਮੇਸ਼ਾ ਕਹਿੰਦੇ ਨੇ ਕਿ ਜੇ ਤੁਹਾਨੂੰ ਸਹੀ ਲੱਗਦਾ ਤਾਂ ਤੁਸੀਂ ਕਰੋ। ਤਾਂ ਉਹ ਹਮੇਸ਼ਾ ਮੇਰੇ ਨਾਲ ਖੜੇ ਨੇ, ਮਤਲਬ ਮੈਨੂੰ ਸਪੋਰਟ ਕਰਦੇ ਨੇ, ਅਤੇ ਮੈਂ ਬਹੁਤ ਅੱਛਾ ਕਰ ਪਾ ਰਹੀ ਹਾਂ। ਬਾਕੀ ਮੈਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹਾਂ ਕਿ ਜੇ ਉਹਨਾਂ ਨੇ ਮੇਰੇ ਲਈ ਇੰਨਾ ਕੁਛ ਕੀਤਾ ਤਾਂ ਮੈਂ ਵੀ ਬਹੁਤ ਕੁਛ ਮਤਲਬ ਉਹਨਾਂ ਦੇ ਲਈ ਚੰਗਾ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕਰਾਂ, ਉਹਨਾਂ ਨੂੰ ਪ੍ਰਾਊਡ ਫੀਲ ਹੋਵਾਂ ਕਿ ਉਹਨਾਂ ਪ੍ਰਾਊਡ ਫੀਲ ਕਰਾਵਾਂ ਕਿ ਉਹਨਾਂ ਨੂੰ ਵਧੀਆ ਲੱਗੇ ਕਿ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਸੀਗਾ ਅਤੇ ਉਹਨਾਂ ਦੀ ਸਪੋਰਟ ਕਰਕੇ ਅੱਜ ਮੈਂ ਇੱਥੇ ਪਹੁੰਚੀ ਹਾਂ। ਮੈਂ ਮੇਰੇ ਇਨ-ਲੌਜ਼ ਦਾ ਨਾਮ ਰੋਸ਼ਨ ਕਰਾਂ ਸਾਰਿਆਂ ਦਾ, ਕਿ ਉਹਨਾਂ ਨੂੰ ਪ੍ਰਾਊਡ ਫੀਲ ਹੋਏ ਕਿ ਮੈਂ ਉਹਨਾਂ ਦੀ ਨੂੰਹ ਹਾਂ। ਅਤੇ ਹਾਲੇ ਮੈਂ ਕੁਛ ਵੀ ਨਹੀਂ ਕੀਤਾ ਲਾਈਫ ਦੇ ਵਿੱਚ, ਬਹੁਤ ਕੁਛ ਕਰਨਾ ਬਾਕੀ ਹੈ। ਮਤਲਬ ਤੁਸੀਂ ਕਹਿ ਲਓ ਕਿ ਮਿਸਿਸ ਪੰਜਾਬ ਤੋਂ ਮੈਂ ਸਟਾਰਟ ਕੀਤਾ, ਆਉਣ ਵਾਲੇ ਟਾਈਮ 'ਤੇ ਬਹੁਤ ਕੁਛ ਮੈਂ ਕਰੂੰਗੀ ਹੋਰ। ਜਿੱਦਾਂ ਕਿ ਤੁਹਾਨੂੰ ਪਤਾ ਪਹਿਲਾਂ ਮੈਂ ਇੱਕ ਪੰਜਾਬੀ ਸੌਂਗ ਕਰ ਚੁੱਕੀ ਹਾਂ, ਫਿਰ ਮੈਂ ਇੱਕ ਪੰਜਾਬੀ ਮੂਵੀ ਤੂੰ ਮੇਰਾ ਕੀ ਲੱਗਦਾ ਦੇ ਵਿੱਚ ਮੈਨੂੰ ਗੁਰਮੀਤ ਸਾਜਨ ਸਰ ਦੀ ਕਾਰਨ ਮੈਨੂੰ ਉਹਦੇ ਵਿੱਚ ਸਰ ਨੇ ਮੈਨੂੰ ਸਪੋਰਟ ਕੀਤਾ, ਤਾਂ ਮੈਂ ਉਹਦੇ ਵਿੱਚ ਇੱਕ ਰੋਲ ਕੀਤਾ ਫਰੈਂਡ ਦਾ ਔਰ ਨਰਸ ਦਾ। ਅਤੇ ਇੱਕ ਪੰਜਾਬੀ ਸ਼ੋਰਟ ਮੂਵੀ ਮੈਂ ਹੁਣੇ ਪ੍ਰਿਤਪਾਲ ਪਾਲੀ ਸਰ ਨੇ ਉਹਨਾਂ ਦੇ ਨਾਲ ਕੀਤੀ ਹੈ, ਜਿਹਦੀ ਡਬਿੰਗ ਲੋਕਡਾਊਨ ਕਰਕੇ ਰੁਕ ਗਈ। ਆਫਟਰ ਲੋਕਡਾਊਨ ਅਸੀਂ ਉਹਦੀ ਡਬਿੰਗ ਕੰਪਲੀਟ ਕਰਾਂਗੇ ਅਤੇ ਫਿਰ ਉਹਨੂੰ ਵੀ ਰਿਲੀਜ਼ ਕਰਾਂਗੇ। ਅਤੇ ਬਹੁਤ ਸਾਰੀ ਚੀਜ਼ਾਂ ਔਨ ਦਾ ਵੇ ਹੈ। ਟਾਈਮ ਟੂ ਟਾਈਮ ਤੁਹਾਨੂੰ ਸਾਰਿਆਂ ਨੂੰ ਮਿਸਿਸ ਪੰਜਾਬ ਦੇ ਪੇਜ ਦੇ ਥਰੂ ਜਾਂ ਮੇਰੇ ਆਪਣੇ ਪਰਸਨਲ ਜਿਹੜੇ ਮੇਰੇ ਇੰਸਟਾਗ੍ਰਾਮ ਦਾ ਫੇਸਬੁੱਕ ਦਾ ਪੇਜ ਆ ਉਹ ਤੋਂ ਪਤਾ ਚੱਲਦਾ ਜਾਏਗਾ। ਅਤੇ ਬਹੁਤ ਸਾਰੀਆਂ ਚੀਜ਼ਾਂ ਔਨ ਦਾ ਵੇ ਹੈ। ਮੈਂ ਇੱਦਾਂ ਹੀ ਆਪਣੇ ਸੁਪਨਿਆਂ ਨੂੰ ਪੂਰਾ ਕਰਦੀ ਰਹਾਂਗੀ। ਤੁਸੀਂ ਸਾਰੇ ਜਣੇ ਇੱਦਾਂ ਹੀ ਆਪਣੀ ਸਪੋਰਟ ਔਰ ਮੇਰੇ ਵੱਲੋਂ ਰਿਕੁਐਸਟ ਹੈ, ਜਿਹੜੇ ਲਾਈਵ ਦੇਖ ਰਹੇ ਨੇ ਜਾਂ ਬਾਅਦ ਵਿੱਚ ਵੀ ਲਾਈਵ ਤੋਂ ਦੇਖਣਗੇ ਵੀਡੀਓ, ਕਿ ਜੇ ਤੁਹਾਡੇ ਘਰ ਦੀਆਂ ਲੇਡੀਜ਼ ਦੇ ਸੁਪਨੇ ਹੈ ਤਾਂ ਉਹਨਾਂ ਨੂੰ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਸਪੋਰਟ ਦੇਵੋ। ਬਹੁਤ ਵਧੀਆ ਕਰਕੇ ਦਿਖਾਉਣਗੀਆਂ, ਤੁਹਾਡਾ ਨਾਮ ਰੋਸ਼ਨ ਕਰਨਗੀਆਂ। ਈਵਨ ਇੱਕ ਜਿਹੜੀ ਮੈਰਿਡ ਲੇਡੀ ਆ ਉਹ ਦੋ ਪਰਿਵਾਰਾਂ ਦਾ ਨਾਮ ਰੋਸ਼ਨ ਕਰਦੀ ਹੈ, ਆਪਣੇ ਪੇਕਿਆਂ ਦਾ ਵੀ, ਆਪਣੇ ਸਹੁਰਿਆਂ ਦਾ ਵੀ। ਸੋ ਤੁਸੀਂ ਆਪਣੇ ਘਰ ਦੀ ਲੇਡੀਜ਼ ਨੂੰ ਤੁਸੀਂ ਇੰਸਪਾਇਰ ਕਰੋ, ਉਹਨਾਂ ਨੂੰ ਕਹੋ ਕਿ ਜੋ ਉਹਨਾਂ ਦਾ ਟੈਲੈਂਟ ਆ ਉਹ ਬਾਹਰ ਕੱਢਣ। ਮੈਂ ਕੁਛ ਕੁਐਸਚਨਸ ਨਾਲ ਮੈਮ, ਇਸ ਫੀਲਡ ਮੇ ਹਾਈਟ ਕੀ ਕਿਆ ਇੰਪੋਰਟੈਂਸ ਹੈ, ਕਿਆ ਵਾਕਈ ਹਾਈਟ ਅੱਛੀ ਹੋਣੀ ਚਾਹੀਏ? ਦੇਖੋ, ਹਾਈਟ ਮੇਰੇ ਅਕੋਰਡਿੰਗ ਹਾਈਟ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ। ਤੁਹਾਡੇ ਅੰਦਰ ਜੇ ਟੈਲੈਂਟ ਹੈ ਤਾਂ ਆਪਣੀ ਫਿਲਮ ਇੰਡਸਟਰੀ ਦੇ ਵਿੱਚ ਤੁਸੀਂ ਦੇਖ ਲਓ। ਹਾਂ, ਕੁਛ ਬਿਊਟੀ ਪੇਜੈਂਟਸ ਨੇ, ਉਹਨਾਂ ਦੀ ਕੰਡੀਸ਼ਨਸ ਹੁੰਦੀ ਹੈ ਕਿ ਹਾਈਟ ਇੰਨੀ ਹੋਣੀ ਚਾਹੀਦੀ ਹੈ, ਅਤੇ ਬਟ ਹਾਈਟ ਤੁਹਾਡੀ ਕਾਮਯਾਬੀ ਨੂੰ ਨਹੀਂ ਰੋਕ ਸਕਦੀ। ਤੁਸੀਂ ਜੇ ਹਾਈਟ ਕਹਿ ਲਓ, ਤੁਹਾਡਾ ਕਲਰ ਕੰਪਲੈਕਸ਼ਨ ਕਹਿ ਲਓ, ਕੁਛ ਵੀ ਚੀਜ਼ਾਂ, ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਤੁਹਾਡੇ ਅੰਦਰ ਦਾ ਜਨੂੰਨ, ਜਿਹੜਾ ਜਜ਼ਬਾ ਹੈ ਕੁਛ ਬਣਨ ਦਾ, ਉਹ ਕਿੰਨਾ ਕੁ ਕਾਇਮ ਹੈ, ਤੁਸੀਂ ਕਿੰਨੇ ਕੁ ਪਾਗਲ ਹੋ ਆਪਣੇ ਡ੍ਰੀਮ ਨੂੰ ਅਚੀਵ ਕਰਨ ਲਈ, ਅਤੇ ਉਹ ਜ਼ਿਆਦਾ ਮੈਟਰ ਕਰਦਾ। ਹਾਂਜੀ, ਮੈਨੂੰ ਇੰਸਟਾਗ੍ਰਾਮ 'ਤੇ ਅੰਜਲੀ ਜੀ ਦਾ ਮੈਸੇਜ ਆਇਆ ਕਿ ਆਈ ਆਲਸੋ ਵਾਂਟ ਟੂ ਡੂ ਸਮਥਿੰਗ ਲਾਈਕ ਯੂ। ਡੈਫੀਨੇਟਲੀ ਅੰਜਲੀ ਜੀ, ਤੁਸੀਂ ਜੋ ਵੀ ਤੁਹਾਡੇ ਸੁਪਨੇ ਨੇ ਤੁਸੀਂ ਉਹਨਾਂ ਨੂੰ ਪਾਉਣ ਲਈ ਮਿਹਨਤ ਕਰੋ, ਚੰਗਾ ਸੋਚੋ, ਪੋਜ਼ੀਟਿਵ ਸੋਚੋ, ਤੁਹਾਨੂੰ ਉਹ ਸਾਰੇ ਸੁਪਨੇ ਤੁਹਾਡੇ ਪੂਰੇ ਹੋਣਗੇ। ਕਿਸੇ ਦਾ ਮੈਸੇਜ ਆਇਆ, ਗੁੱਡ ਮੋਰਨਿੰਗ ਮੈਮ, ਆਈ ਐਮ ਫਰੋਮ ਝਾਰਖੰਡ, ਲੋਟਸ ਆਫ ਲਵ ਫਰੋਮ ਹੇਅਰ, ਥੈਂਕ ਯੂ ਸੋ ਮੱਚ। ਓਕੇ, ਮੈਂ ਨਾਲ ਨਾਲ ਇੰਸਟਾਗ੍ਰਾਮ ਤੋਂ ਵੀ ਮੈਸੇਜ ਦੇਖ ਰਹੀ ਹਾਂ, ਨਾਲ ਨਾਲ ਮੈਂ ਫੇਸਬੁੱਕ ਤੋਂ ਵੀ ਦੇਖ ਰਹੀ ਹਾਂ ਕਿ ਥੋੜ੍ਹੇ ਬਹੁਤ ਕੁਐਸਚਨਸ 'ਤੇ ਅਸੀਂ ਆਨਸਰ ਦੇ ਪਾਈਏ ਨਾਲ ਨਾਲ। ਹਰਪ੍ਰੀਤ ਜੀ ਇੰਸਟਾਗ੍ਰਾਮ 'ਤੇ ਮਿਸਿਸ ਪੰਜਾਬ ਦੇ ਪੇਜ ਤੋਂ ਲਾਈਵ ਹੋਏ ਨੇ, ਟੋਪਿਕ ਪੁੱਛ ਰਹੇ ਨੇ, ਤੁਸੀਂ ਲੇਟ ਆਇਓ, ਅਸੀਂ ਕਾਫੀ ਸਾਰੀ ਗੱਲਾਂ ਕਰ ਚੁੱਕੇ ਹਾਂ ਪਹਿਲਾਂ। ਯੈਸ, ਨਵਿਆ ਕਹਿ ਰਹੇ ਨੇ ਕਿ ਸੱਚੀ ਫੈਮਿਲੀ ਬਹੁਤ ਅੱਛਾ ਇੱਕ ਰੋਲ ਪਲੇ ਕਰਦੇ ਨੇ ਇੱਕ ਲੇਡੀ ਦੀ ਲਾਈਫ ਦੇ ਵਿੱਚ ਉਹਦੀ ਕਾਮਯਾਬੀ ਦੇ ਲਈ। ਹੈਲੋ ਹਰਲੀਨ ਜੀ, ਬਹੁਤ ਸਾਰੇ ਮਿਸਿਸ ਪੰਜਾਬ ਦੇ ਸਾਡੇ ਵਿਨਰਸ ਫਾਈਨਲਿਸਟ ਸਾਡੇ ਨਾਲ ਇਸ ਵੇਲੇ ਲਾਈਵ 'ਤੇ ਨੇ, ਅਤੇ ਕੁਛ ਲੋਕ ਆਡੀਅੰਸ ਦੇ ਵਿੱਚੋਂ ਵੀ ਕੁਛ ਲੋਕ ਨੇ, ਕੁਛ ਕੁਐਸਚਨਸ ਪੁੱਛ ਰਹੇ ਨੇ। ਸੋ ਮੈਂ ਸਾਰਿਆਂ ਨੂੰ ਹੀ ਕਹਿਣਾ ਚਾਹੂੰਗੀ ਕਿ
कोई भी चीज़ छोटी वड्डी नहीं हुंदी, मैं बार बार हमेशा कहनी हाँ, छोटा वड्डा साड़ी सोच हुंदी है। जदों भी असी किसी काम नू बहुत वड्डा सोच लिए तो अपने आप नू अंडर एस्टिमेट कर लिए कि मैं इस नू नहीं कर सकता, तो यकीन मनो तुसी कभी भी नहीं कर सकते। पर जे वड्डे तो वड्डा काम, वड्डे तो वड्डी अचीवमेंट जे तुसी एक बारी सोच लो कि इनू मैं ही करांगी या मैं ही करांगा, तो वह तुसी डेफिनेटली कर दोगे चाहे जिन्ना मर्जी वड्डा। सो थानू सारा नू कहूँगी कि अपना ये वाला टाइम जिहड़ा तुहाडा जा रहा लॉकडाउन दे विच, इनू इदां ही जाया ना करो, अपने आप नू खोजो। या नव्या कह रहे ने कि नव्या ने इत्थे कमेंट किया एक कि जदों हाँ कि मेरा वेट ज़्यादा सीगा ते पर जजिस ने मेरा टैलेंट देखिया। ऑब्वियसली जे तुहाडे विच टैलेंट है, कॉन्फिडेंस है, तो तुसी अचीव कर सकते हो। बाकी अपने आप नू फिट रखना भी जरूरी है। नव्या ने बहुत सारी ट्रांसफॉर्मिंग अपने आप च की है उस तो बाद भी, और कर भी रहे ने। जल्दी असी नव्या का सैशन लैके आवांगे मिसिज पंजाब के पेज से, तो असी होर भी हर दिन असी कोशिश करांगे पहला अपने मिसिज पंजाब दे नाल जुड़े हुए लोगों नू लाइव लैके आईए, उन्हां दी लाइफ जर्नी तुहानू दिखाईए, वो अपने बारे दसन तुहानू कि वो मतलब अपनी लाइफ दे विच परसनल लाइफ विच की कर रहे ने, प्रोफेसनल लाइफ च की कर रहे ने। तो थानू सारयां नू मैं कहूँगी कि लॉकडाउन का पीरियड तुसी वेस्ट नहीं करना, तुसी इस टाइम पीरियड नू यूज़ करो, अपने अंदर दा टैलेंट बाहर लैके आओ, पेंटिंग करो, फैमिली नाल टाइम स्पेंड करो, कुकिंग करो, वधिया बुक्स पढ़ो, वधिया तो वधिया बुक्स पढ़ो, ते नाल ही वधिया मोटिवेशनल वीडियोज़ देखो। फिर कहूँगी द सीक्रेट मूवी तुसी वॉच कर सकते हो, मोटिवेशनल एक पॉजिटिव थिंकिंग तुहानू आंदी है उहदे नाल, तुसी वो वॉच कर सकते हो। मैसेज आया एक और, मैं नाल नाल कुछ क्वेश्चंस पढ़ रही हूँ। हैलो मैम, आई एम फ्रॉम पठानकोट, एक ईयर तो तुहानू फॉलो कर रही हूँ। मैं फर्स्ट टाइम इतने मॉडलिंग की सी, बट आई डोंट नो द मीनिंग ऑफ रैंप वॉक, बट आई गेन कॉन्फिडेंस हेयर। आफ्टर दैट आई वन इंटरनेशनल लैवल नर्सिंग परसनैलिटी कॉन्टेस्ट ओनली बिकॉज द कॉन्फिडेंस विच आई अचीव ओनली फ्रॉम मिसिज पंजाब। यस, हाँ जी इशमीत ईशा जी, सच्ची विच मिसिज पंजाब का प्लेटफॉर्म एक मैरिड लेडीज़ नू बहुत ज़्यादा कॉन्फिडेंस देता है। जदों घरां दे कम्मां नू छड़ के असी अपने आप लई बाहर आने हैं ना, उदों अपने आप नू ही असी किते ना किते असी अपने आप नू पहचानते नहीं हाँ, पर साडे अंदर ही बहुत सारिया खूबियां हुंदियां, पर जदों एक प्लेटफॉर्म ते आ के सानू दिखदियां ने। सो लाइव हुण इत्थे ही स्टॉप करना चाहिए। जे किसी ने कोई क्वेश्चन पूछना है तो पूछ सकता है, अदरवाइज विद इन 5 मिनट मैं लाइव नू मैं ऑफलाइन जा रही हाँ। जे तुसी कोई भी कुछ पूछना चाहते हो तो मैसेज कर सकते हो। चलो मैं लगता है कि हुण साडे व्यूअर्स नूं बहुत सारे आंसर्स मिल चुके ने, ते बाकी किसी ने भी किसी तरह का भी मिस, और हाँ मिस बहुत इंपॉर्टेंट चीज़ कि मिसिज पंजाब दे हर साल इन्हां दिनां दे विच असी रजिस्ट्रेशन शुरू कर दिंदे आ, ते इस बार भी असी रजिस्ट्रेशन शुरू तो कर चुके हाँ। अप्रैल दे विच हमेशा मोस्टली हो जाती है स्टार्ट रजिस्ट्रेशन, तो रजिस्ट्रेशन असी स्टार्ट कर चुके हैं। तुसी सारे जने मिसिज पंजाब की वैबसाइट www.missispunjab.in ते जाके अपनी रजिस्ट्रेशन कर सकते हो। तो तुसी पूजा जी, पूजा तनेजा जी पूछ रहे हैं मैं किद्दां पार्टिसिपेट कर सकती हाँ। तुसी बस मैं तुहानू जिद्दां दस्सिया कि तुसी मिसिज पंजाब की वैबसाइट www.missispunjab.in ते जाके अपना रजिस्ट्रेशन कर लो। जिद्दां ही थोड़ा जा सब कुछ सही हुंदा है, असी कुछ ना कुछ प्लान करांगे तुहाडे वास्ते कि असी इस साल ऑब्वियसली जिस तरह गाइडलाइनस गवर्नमेंट दी आईयां ने, तो असी हर साल की तरह उस तरह तो नहीं कर सकते मिसिज पंजाब, हो सकता है थोड़ा असी लेट करांगे मिसिज पंजाब 2020। देखो बाकी सारा असी प्लान कर रहे हैं परमिंदर सर, हरप्रीत मैम, तो तुसी रजिस्ट्रेशन अपनी करके रख लो। जिद्दां भी जो भी होएगा तुहानू सारा कुछ साडे पेजेस ते असी नोटिफाई कर देंगे, दस देवांगे कि किस तरह असी की चीज़ प्रोसीजर करांगे इस बार। सो रजिस्ट्रेशन करके रख दो, और इस करके ही असी शायद कि इस बार असी लाइव सैशनस का सोचे है, क्योंकि ऑब्वियसली लॉकडाउन करके बहुत सारे लोग अपने घरों के विच ने, तो शायद कई लोग बोर भी हो रहे हैं रोज़, तो कुछ एंटरटेनिंग करने लिए असी सोचा सी, इस करके असी लाइव सैशन स्टार्ट किए। तुसी रजिस्ट्रेशन कर दो, जिद्दां ही असी कुछ भी सोचांगे मिसिज पंजाब 2020 असी किस तरह करना है इस बार, मे बी ऑनलाइन मे बी ऑफलाइन
देखो हाले कुछ प्लान नहीं किया, प्लान करन तो बाद असी सारी अपनी ऑडियंस ने जरूर दसांगे। बस तुसी सारिया ने डेली डेली असी 5 बजे या 4 बजे कुछ भी टाइम होएगी असी हर रोज़ अपना क्रिएटिव शेयर करांगे। कल मेरे तो बाद असी साडे मिसिज पंजाब दी लास्ट ईयर दी विनर परलप्रीत, डॉक्टर परलप्रीत कौर, कल उन्हां दे नाल तुहाडा लाइव सैशन होएगा। तुसी जिस तरह मेरे लाइव सैशन नूं बहुत ज़्यादा एक भरमा हुंगारा दिता, तुसी मैनूं पूरी उम्मीद है कि उन्हां दा लाइव सैशन दे दौरान भी तुसी सारे जने ज्वाइन करियो। हुण तुसी सारे ने एक चीज़ नोट डाउन कर लो कि अपने डेली दे टाइम दे विच शाम दे 5 बजे वाला टाइम, 5 बजे तो लैके 6 बजे वाला टाइम मिसिज पंजाब दे पेज लई रखना तुसी। प्रिया रानी जी पूछ रहे ने कि मैं पर्सनैलिटी कॉन्टेस्ट, मैं एक पर्सनैलिटी हाँ जी प्रिया जी, तुसी दोबारा कर सकते हो पार्टिसिपेट, कोई चक्कर नहीं है। जिन्नी सीखन की कभी भी लाइक सीखन का टाइम कभी खत्म नहीं हुंदा। जे तुसी पहला किते भी पार्टिसिपेट किया, मिसिज पंजाब दे विच आना चाहते हो तो मोस्ट वेलकम, तुसी पार्टिसिपेट करो, रजिस्ट्रेशन कर लो अपनी, जिदा भी ऑडिशन जो भी होएगा असीं तुहानू जरूर इनफॉर्म करांगे। बाकी करने से पहले सोनिया बंसल जी, सोनिया बंसल जी तुसी अपना रजिस्ट्रेशन कर लो, जिदा ही जदों भी ऑडिशन होंगे तुहानू पहला कॉल आएगी साडे कोआर्डीनेटर्स वालों कि तुसी जदों ऑडिशन ते आना है या जिदा भी ऑडिशन होएगा मे बी ऑनलाइन या जिदा भी, तुहानू इनफॉर्म किया जाएगा कि ड्रेसअप किदा दी होनी चाहिए है, टैलेंट राउंड होएगा या इंट्रो होएगा किदा किदा होएगा। मोस्टली वैसे टैलेंट राउंड हुंदा है, इंट्रोडक्शन राउंड हुंदा है, तां इह सारियां चीज़ां हर साल ही कॉमन रहिंदियां ने। तो बाकी तुसी मैं बार बार कह रही हूँ रजिस्ट्रेशन करो, रजिस्ट्रेशन करन तो बाद तुहाडा एक रिकॉर्ड साडे कोल आ जाएगा, फिर सानू पता चलेगा किन्ने लोगों ने अप्लाई किया, तो असी कुछ ना कुछ सोच रहे हैं कि असी बैटर करिए और लॉकडाउन पीरियड दे विच जल्दी ही होप करने कि खत्म हो जाए करोना, साडे पंजाब चो साडे हिंदुस्तान दे विचों करोना जाए और असी सारे जने दोबारा अपनी लाइफ नूं उदा ही जी पाईए, उदा ही सारी चीज़ां कर पाईए, पर थोड़ा टाइम लग जाएगा इन्हां सारियां चीज़ां नूं। सो थानू सारिया नू अपील है मेरी दोबारा कि अपने घरां दे विच रहो। मैटर नहीं करदा निधि जी कि पंजाब दा ही कैंडिडेट होना चाहिए, पंजाबी होना चाहिए, पंजाबी बोलना आनी चाहिए है, तो मैटर नहीं करता कि तुसी पंजाब, हुण पंजाबी तो पूरी दुनिया दे विच रहिंदे ने, तो मैटर नहीं करता तुसी कित्थों बिलोंग करदे हो, तुसी पार्टिसिपेट कर सकते हो। तो कल नूं साडा जिहड़ा मिसिज पंजाब दा पेज है लाइव होएगा, डॉक्टर परलप्रीत कौर लास्ट ईयर दे मिसिज पंजाब दे विनर, विनर ऑफ मिसिज पंजाब 2019। तो थानू सारा नूं कहूँगी कि वह बाय प्रोफेशन डेंटिस्ट भी ने, डाइटिशियन भी ने, तो तुसी कल नूं जरूर साडा लाइव सुनियो, आके लाइव अटेंड करियो, ज्वाइन करियो, शेयर करियो, क्योंकि थानू बहुत कुछ सीखन नूं मिलेगा कि अपने दंदा की देखभाल किद्दां करनी है। ओबवियसली शी इज़ अ डेंटिस्ट, तो तुहानू सारयां नूं बहुत सारे सजेशन्स मिलनगे, अपनी डेली रूटीन नूं किद्दां रखना है, डाइट दे कुछ टिप्स मिलनगे। तो कल नूं दोबारा साडा लाइव जरूर तुसी ज्वाइन करना, मेरे वल्लों थानू सारयां नूं उन्नी देर लई बहुत सारा थैंक यू, और मैं माफ़ी भी चाहूँगी जे मेरे कोलों कोई गलती हो गई होई, मैं कुछ गलत बोल दिता होएगा, पर दोबारा जाण वेले मैं कहूँगी। नव्या कह रहे हैं कि असी साढ़े मिसिज पंजाब दे विच लास्ट ईयर USA तो भी पार्टिसिपेंट आए सके। हाँ नव्या, मैं उही चीज़ इन्हां नूं कही है कि तुसी पंजाबी होने चाहिए हो, दुनिया के किसी भी कोने तो आके तुसी मिसिज पंजाब दे विच पार्टिसिपेट कर सकते हो, मिसिज पंजाब के दरवाजे तुहाडे लई खुले ने। चलो हुण मैनूं दवो तुसी सारे जने इजाजत, ते हुण कल नूं नवें एक स्पीकर दे नाल साडा मिसिज पंजाब दा पेज तुहाडे सारयां दे सामने आएगा, ते तुसी लाइव नूं तुसी ज्वाइन करना है, ते वध तों वध तुसी शेयर करना है, ते नाल ही तुसी वध तों वध प्यार देना है, ते अपने आप नूं अपना ख्याल रखना है, अपनी फैमिली दा ख्याल रखना है, गवर्नमेंट दी गाइडलाइनस नूं फॉलो करना है, ते करो बाहर नहीं जाना। मैं अपने पहला इंस्टाग्राम लाइव ऑफ कर रही हूँ, फेसबुक वाला लाइव सब तो एंड से ऑफ कराँगी, ते करो बाहर नहीं जाना, अपना ख्याल रखना है, अपने घरदिया का ख्याल रखना है, अपनी फैमिली नाल एक बहुत वधिया टाइम स्पेंड करो। कुछ हाउसवाइफ्स नूं प्रॉब्लम सीगी पहला कि हसबैंड टाइम नहीं दे पाते, हुण बहुत खुला टाइम मिले, कुछ लोग हले भी घर दे विच हो के भी अपने नाल वाले नाल गल नहीं कर पा रहे बिकॉज ऑफ
देयर फोन या मोबाइल इंटरनेट या लैपटॉप की वजह के नाल, तो मैं उन्होंने फिर कहूँगी कि जिहड़े घर दे विच तुहाडे फैमिली मैंबर्स तुहाडे कोल बैठे ने उन्हां नाल गल्लां बातां करो, उन्हां दे दिल दीआं गल्लां सुनो, अपने दिल दीआं गल्लां करो। तो अज मेरे वालों इन्ना ही, दोबारा तुहाडे नाल मैं भी लाइव आऊँगी विच विच, दोबारा होर कुछ नवे मेहमानों लै के भी आवेंगे विच असी, पर सब तो पहला साढ़े मिसिज पंजाब के फाइनलिस्ट विनर्स के नाल असी तुहानूं रूबरू करावांगे। थैंक यू, सत श्री अकाल।